ਬਾਰਹ ਮਹਾ ਮਾਝ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲ ਹੋ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਝ ਰਾਗ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ 133 ਅੰਗ ਤੇ ਪਾਵਨ ਬਾਣੀ ਬਾਰਹ ਮਾਹਾ ਬਾਰਾਂ ਮਹੀਨਿਆਂ ਦੁਆਰਾ ਉਪਦੇਸ਼ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਪੁਰਾਣੇ ਲੋਕ ਜਦੋਂ ਵੀ ਸੰਗਰਾਂਦ ਦਾ ਦਿਨ ਆਉਂਦਾ, ਅਸਲ ਅੱਖਰ ਸੰਕ੍ਰਾਂਤ ਹੈ, ਸੰਕ੍ਰਾਂਤੀ, ਸੰਗ ਹੁੰਦਾ ਭਲੀ ਪ੍ਰਕਾਰ, ਕ੍ਰਾਂਤੀ ਹੁੰਦੀ ਹੈ ਤਬਦੀਲੀ ਆਉਣੀ। ਜਦੋਂ ਸੂਰਜ ਇੱਕ ਰਾਸ਼ ਵਿੱਚੋਂ ਦੂਜੀ 'ਚ ਪ੍ਰਵੇਸ਼ ਕਰਦਾ ਸੀ, ਉਸ ਵਕਤ ਸਤਯੁਗ ਤੋਂ ਲੈ ਕੇ ਇੱਕ ਪ੍ਰਥਾ ਚੱਲੀ ਆਉਂਦੀ ਸੀ ਕਿ ਲੋਕ ਕਿਸੇ ਵੱਡੇ ਬੰਦੇ ਕੋਲੋਂ ਜਾ ਕੇ ਮਹੀਨੇ ਦਾ ਨਾਂ ਸੁਣਦੇ। ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਸੀ ਕਿ ਵੱਡੇ ਬੰਦੇ ਤੋਂ ਜੇ ਨਾਮ ਸੁਣੀਏ ਤਾਂ ਉਹਦੇ ਨਾਲ ਮਹੀਨਾ ਸੁੱਖ ਸਾਂਦ ਨਾਲ ਲੰਘ ਜਾਂਦਾ ਹੈ। ਗ੍ਰਿਸਤੀ ਬੰਦੇ ਦੀ ਇੱਛਾ ਹੁੰਦੀ ਕਿ ਘਰ ਵਿੱਚ ਸੁੱਖ ਸ਼ਾਂਤੀ ਰਹੇ। ਇਹ ਪ੍ਰਥਾ ਸਤਯੁਗ ਚੱਲੀ, ਤ੍ਰੇਤੇ ਚੱਲੀ, ਦੁਆਪਰ ਚੱਲੀ। ਵੇਦਾਂ ਦੇ ਵਿੱਚ 12 ਮਾਹਾਂ ਦੀ ਜਗ੍ਹਾ 'ਤੇ ਰੁੱਤੀ ਆਉਂਦਾ ਹੈ ਕਿ ਰੁੱਤਾਂ ਦੀ ਜਾਂ ਥਿੱਤਾਂ ਦੀ ਗੱਲ ਕੀਤੀ ਜਾਂਦੀ। ਜਦੋਂ ਗੁਰਸਿੱਖਾਂ ਦਾ ਸਮਾਂ ਆਇਆ, ਸਿੱਖ ਧਰਮ ਸੰਸਾਰ ਦੇ ਅੰਦਰ ਪ੍ਰਗਟ ਹੋਇਆ, ਉਦੋਂ ਵੀ ਗੁਰੂ ਨਾਨਕ ਦੇਵ ਜੀ ਕੋਲ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਇਹ ਅਲੱਗ ਅਲੱਗ ਚੀਜ਼ਾਂ ਬਣੀਆਂ ਹੋਈਆਂ ਨੇ, 12 ਮਾਹਾਂ ਬਣੇ ਹੋਏ ਨੇ, ਮਹੀਨੇ ਸਫਲੇ ਹੁੰਦੇ ਨੇ, ਲੋਕ ਦਿਨਾਂ ਨੂੰ ਮੰਨਦੇ ਨੇ, ਲੋਕ ਥਿੱਤਾਂ ਨੂੰ ਮੰਨਦੇ ਨੇ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਹਨਾਂ ਸਭ ਚੀਜ਼ਾਂ ਨੂੰ ਲੋਕ ਮੰਨਦੇ ਨੇ। ਹੁਣ ਵੱਡੇ ਵਡੇਰੇ ਸਾਰੇ ਮੰਨਦੇ, ਕਿਉਂਕਿ ਨਵੀਂ ਤਬਦੀਲੀ ਆਉਣੀ ਸੀ, ਸਿੱਖ ਧਰਮ ਨਵਾਂ ਨਵਾਂ ਸੰਸਾਰ ਦੇ ਅੰਦਰ ਪ੍ਰਗਟ ਹੋਇਆ ਸੀ। ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਸਤਿਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾਂ ਉਚਾਰਨ ਕੀਤਾ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਇਹ ਇੱਕ ਆਮ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਕਿ ਸਿਆਣੇ ਤੋਂ ਵੱਡੇ ਤੋਂ ਮਹੀਨੇ ਦਾ ਨਾਂ ਸੁਣ ਲਈਏ, ਮਹੀਨਾ ਸੌਖਾ ਲੰਘ ਜਾਂਦਾ। ਮਹਾਰਾਜ ਕਹਿਣ ਲੱਗੇ, ਅਸਲ ਵਿੱਚ ਨਾਮ ਜਪਣ ਨਾਲ ਹੀ ਮਹੀਨਾ ਸੌਖਾ ਲੰਘਦਾ। ਠੀਕ ਹੈ, ਅਸੀਂ ਤੁਹਾਡੀ ਗੱਲ ਮੰਨਦੇ ਹਾਂ ਕਿ ਪਿੱਛੋਂ ਲੈ ਕੇ ਚੱਲਿਆ ਆਉਂਦਾ, ਵਾਸਤਵ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਜੀ ਦਾ ਪ੍ਰਚਾਰ ਕਰਨਾ ਸੀ। ਪਹਿਲੇ ਲੋਕਾਂ ਨੇ ਦੁਨੀਆਂ ਨੂੰ ਬੜੇ ਤਾਣੇ ਬਾਣੇ 'ਚ ਉਲਝਾਇਆ ਹੋਇਆ ਸੀ। ਇਹ ਇੱਕ ਸੰਸਾਰ ਅੰਦਰ ਸਿਸਟਮ ਹੁੰਦਾ, ਚੰਦ ਬੰਦੇ ਮਿਲ ਕੇ ਆਪਸ ਵਿੱਚ ਇੱਕ ਸੰਗਠਨ ਜਿਹਾ ਬਣਾ ਕੇ
ਦੁਨੀਆ ਨੂੰ ਕਿਸੇ ਤਰੀਕੇ ਨਾਲ ਆਪਣੇ ਮਗਰ ਲਾ ਕੇ ਉਹਨਾਂ ਦੀ ਜੇਬ 'ਚੋਂ ਪੈਸੇ ਕਢਾਉਣ ਲਈ ਤਤਪਰ ਰਹਿੰਦੇ ਨੇ। ਇਹ ਬੜੀ ਇੱਕ ਡੂੰਘੀ ਨੀਤੀ ਹੈ ਹਰੇਕ ਦੀ ਹੋਈ ਵੀ ਲੋਕਾਂ ਤੋਂ ਪੈਸੇ ਕਿਵੇਂ ਇਕੱਠੇ ਕਰਨੇ ਆ, ਕਿਵੇਂ ਇਹਨਾਂ ਨੂੰ ਇਸ ਰਸਤੇ ਲਾਈਏ। ਜੇ ਵਿਚਾਰ ਕੇ ਦੇਖੋ ਤਾਂ ਇਹ ਕਾਫੀ ਵੱਡੇ ਪੱਧਰ 'ਤੇ ਹੁਣ ਵੀ ਸਾਰੇ ਪਾਸੇ ਇਸ ਤਰ੍ਹਾਂ ਹੀ ਆ। ਇਹ ਪਰਮੇਸ਼ੁਰ ਵਾਲੇ ਪਾਸੇ ਨਹੀਂ ਲਾਉਣਾ, ਆਪਣੇ ਪਾਸੇ ਲਾਉਣਾ। ਪਰਮੇਸ਼ੁਰ ਨਾਲੋਂ ਤੋੜਨਾ, ਬਾਣੀ ਨਾਲੋਂ ਤੋੜਨਾ, ਕਿਉਂਕਿ ਜੇ ਸਿੱਧਾ ਸਮੁੰਦਰ ਨਾਲ ਜੋੜ ਦਈਏ, ਜਿਹੜਾ ਰਿਟੇਲਰ ਦੁਕਾਨਦਾਰ ਹੁੰਦਾ ਪਰਚੂਨ ਜਵਾਨੀ ਜਵਾਨੀ ਦਾ ਸਮਾਨ ਵੇਚਣ ਵਾਲਾ, ਉਹ ਕਦੇ ਹੋਲਸੇਲਰ ਦਾ ਪਤਾ ਨਹੀਂ ਦੱਸੂਗਾ। ਉਹ ਕਹਿੰਦਾ ਜਿਹੜੀ ਵਿਚਕਾਰ ਮੈਂ ਖਾਂਦਾ ਪੈਸੇ, ਮੇਰੇ ਤਾਂ ਮਰ ਜਾਣੇ ਅਤੇ ਸਿੱਧੇ ਹੀ ਉੱਥੇ ਚਲੇ ਜਾਣੇ ਆ। ਇਹ ਇੱਕ ਪ੍ਰਮਾਣ ਹੀ ਦਿੱਤਾ ਮੈਂ ਦੁਨੀਆਦਾਰੀ ਦਾ। ਕਦੇ ਨਹੀਂ ਕੋਈ ਤੁਹਾਨੂੰ ਦੱਸੂਗਾ ਕਿ ਇਸ ਤਰ੍ਹਾਂ ਪ੍ਰਾਪਤੀ ਹੁੰਦੀ ਹੈ, ਆਹ ਕਿਰਪਾ ਹੁੰਦੀ ਹੈ, ਐਂ ਹੁੰਦਾ। ਉਹ ਕਹਿੰਦਾ ਮੇਰੇ ਨਾਲ ਹੀ ਲਓ, ਆ ਜਾਓ, ਮੈਂ ਦਿੰਦਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਸਿੱਧੀ ਮਾਇਆ ਗੁਰੂ ਵੱਲ ਜਾਣੀ ਸੀ, ਉਹ ਆਪਣੇ ਵੱਲ ਨੂੰ ਘੁੰਮ ਜਾਂਦੀ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਸਾਰੇ ਲੋਕ ਇਕੱਠੇ ਹੋ ਕੇ, ਕਿਤੇ 100 ਬੰਦਾ, ਕਿਤੇ 500 ਬੰਦਾ, ਕਿਤੇ 5000 ਬੰਦੇ ਦਾ ਗਰੁੱਪ ਬਣਿਆ, ਜੋ ਦੁਨੀਆ ਨੂੰ ਇਸ ਤਰ੍ਹਾਂ ਹੀ ਸ਼ੁਰੂ ਤੋਂ ਲੈ ਕੇ, ਅੱਜ ਤੋਂ ਨਹੀਂ ਸ਼ੁਰੂ ਤੋਂ ਲੈ ਕੇ ਹੀ ਇਹ ਸਿਸਟਮ ਚੱਲਿਆ ਆਉਂਦਾ। ਇੰਨੇ ਲੋਕ ਮਿਲ ਕੇ ਐਸਾ ਸਿਸਟਮ ਬਣਾਉਂਦੇ, ਗੁਰੂ ਨਾਨਕ ਸਾਹਿਬ ਜਦ ਗਏ ਗੁਰੂ ਕੇ, ਸੋ ਗੁਰੂ ਕਾ ਤਾਲ, ਆਗਰਾ, ਮਾਈ ਥਾਨ ਗੁਰਦੁਆਰੇ, ਉੱਥੇ 2 ਗੁਰੂ ਘਰ ਪੈਂਦੇ ਨੇ, ਇੱਕ 'ਚ 9ਵੇਂ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ, ਗੁਰੂ ਕਾ ਤਾਲ, ਇੱਕ ਗੁਰਦੁਆਰਾ ਮਾਈ ਥਾਨ। ਜਦੋਂ ਸਤਿਗੁਰੂ ਉੱਥੇ ਪਹੁੰਚੇ, ਉੱਥੇ ਕਾਫੀ ਲੋਕਾਂ ਦਾ ਇਕੱਠ ਦੇਖਿਆ, ਕਹਿੰਦੇ ਇੱਥੇ ਕੀ ਹੈ? ਕਹਿੰਦੇ ਇੱਥੇ ਬਹੁਤ ਵੱਡੇ ਮਹਾਨ ਤਪੱਸਵੀ ਨੇ, ਗੁਰੂ ਨੇ, ਸੰਤ ਨੇ, ਕੀ ਦੱਸੀਏ, ਦਿਲ ਦੀ ਗੱਲ ਫੱਟ ਦੱਸ ਦਿੰਦੇ, ਤਾਂਹੀਓ ਤਾਂ ਇੰਨੀ ਦੁਨੀਆ ਦਾ ਇਕੱਠ ਹੈ। ਉਹ 15-20 ਬੰਦਿਆਂ ਦਾ ਇੱਕ ਸੰਗਠਨ ਬਣਾਇਆ ਹੋਇਆ ਸੀ, ਜਿਹੜਾ ਉਹਨਾਂ 'ਚ ਵੱਡਾ ਪਖੰਡੀ ਸੀ। ਉਹਨੇ ਸਾਰਿਆਂ ਨੂੰ ਇੱਕ ਗੱਲ ਕਹੀ, ਉਹਨਾਂ ਨੇ ਆਪਣੇ ਪੰਡਾਲ ਦੇ ਜਾਂ ਉਸ ਮਕਾਨ ਦੇ 10 ਦਰਵਾਜ਼ੇ ਰੱਖੇ। ਇੱਕ ਦਰਵਾਜ਼ੇ ਦੇ ਅੰਦਰਲੇ ਪਾਸੇ 1 ਨੰਬਰ 2 ਨੰਬਰ ਲਿਖਿਆ ਸੀ। ਪਿੱਛੋਂ ਸੇਵਕਾਂ ਨੇ ਆਏ ਨੂੰ ਪਹਿਲਾਂ ਹੀ ਸਾਂਭ ਲੈਣਾ ਬੰਦੇ ਨੂੰ, ਹਾਂ ਜੀ ਕਿਵੇਂ ਆਏ ਹੋ, ਗੱਲਾਂ ਬਾਤਾਂ ਕਰਦੇ ਹਾਂ, ਸਾਡੇ ਜੀ ਔਲਾਦ ਨਹੀਂ ਹੈ। ਸੈਟਲਮੈਂਟ ਇਹ ਸੀ ਵੀ ਸੇਵਕ ਜਿਹਨੂੰ 1 ਨੰਬਰ ਦਰਵਾਜ਼ੇ 'ਚੋਂ ਲਿਆਉਣਗੇ, ਗੁਰੂ ਨੂੰ ਪਤਾ ਲੱਗ ਜਾਏਗਾ ਉਹਦੇ ਔਲਾਦ ਨਹੀਂ ਹੈ। ਉਸ ਸੇਵਕਾਂ ਨੇ ਇਹੋ ਜਿਹੀ ਸੈਟਲਮੈਂਟ ਕੀਤੀ ਹੋਈ ਸੀ, ਜਿਹਨੂੰ ਬਿਮਾਰੀ ਹੋਵੇਗੀ ਉਹ 2 ਨੰਬਰ ਦਰਵਾਜ਼ੇ ਰਸਤੇ ਲਿਆਵਾਂਗੇ, ਤੂੰ ਸਮਝ ਜਾਏਗਾ ਨਾ? ਕਹਿੰਦੇ ਹਾਂ। ਬਸ ਜਦੋਂ ਲਿਆਉਣਾ, ਉਹਨੇ ਆਉਂਦੇ ਹੀ ਕਹਿਣਾ, ਅੱਛਾ ਔਲਾਦ ਨਹੀਂ ਹੈ। ਬੰਦੇ ਨੇ ਹੈਰਾਨ ਹੋ ਜਾਣਾ, ਕਮਾਲ ਦੀ ਗੱਲ ਹੈ ਬਈ, ਇਹ ਤਾਂ ਅੰਤਰਜਾਮੀ ਆ, ਉੱਥੇ ਹੀ ਲੰਮਾ ਪੈ ਜਾਣਾ ਉਹਨੇ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਤਾਂ ਉਹਦਾ ਭਾਂਡਾ ਫੋੜਿਆ ਮਹਾਰਾਜ ਨੇ, ਜਾ ਕੇ ਦੁਨੀਆ ਨੂੰ ਸਿੱਧੇ ਰਸਤੇ ਪਾਇਆ। ਇਸ ਤਰ੍ਹਾਂ ਸ਼ੁਰੂ ਤੋਂ ਲੈ ਕੇ ਹੀ ਇਹ ਸੰਸਾਰ ਦੇ ਅੰਦਰ ਪਖੰਡਵਾਦ ਬਰਾਬਰ ਬਰਾਬਰ ਹੀ ਚੱਲਿਆ ਆਉਂਦਾ। ਜਿਵੇਂ ਬਹੁਤ ਪੁਰਾਣੇ ਸਮੇਂ 'ਚ, ਪਹਿਲਾਂ 1969-70 'ਚ ਇੱਕ ਖੰਭ ਵਾਲਾ ਬਾਬਾ ਹੋਇਆ ਸੀ ਇੰਡੀਆ ਦੇ ਵਿੱਚ। ਉਹ ਖੰਭ ਲਾਉਂਦਾ ਸੀ, ਟ੍ਰੇਨ ਰੁਕ ਜਾਂਦੀ ਸੀ, ਉਹ ਖੰਭ ਲਾਉਣਾ, ਬੰਦਾ ਠੀਕ ਹੋ ਜਾਣਾ। ਉਹ ਵੀ 50 ਬੰਦਿਆਂ ਦਾ ਇੱਕ ਸੰਗਠਨ ਸੀ, ਡਰਾਈਵਰ ਨੂੰ ਵੀ ਉਹਨਾਂ ਨੇ ਪੈਸੇ ਦੇ ਕੇ ਆਪਣੇ ਵੱਲ ਕੀਤਾ, ਜਦੋਂ ਬਾਬਾ ਖੰਭ ਖੜ੍ਹਾ ਕਰੇ ਤੂੰ ਗੱਡੀ ਰੋਕ ਦਿਆ ਕਰੀਂ। ਉਹ ਫਿਰ CBI ਨੇ ਬੜੀ ਮਿਹਨਤ ਤੋਂ ਬਾਅਦ ਸਾਰੇ ਬੰਦਿਆਂ ਦਾ ਗਰੁੱਪ ਜਾ ਕੇ ਆ ਪਿਛਲੇ 3 ਸਾਲ ਪਹਿਲਾਂ ਫੜਿਆ ਸੀ। ਲੋਕ ਬਹੁਤ ਸ਼ੈਤਾਨ ਨੇ, ਪੈਸਾ ਲੁੱਟਣ ਦੇ ਮਾਰੇ ਬਹੁਤ ਵੱਡੇ ਵੱਡੇ, ਹੁਣ ਤਾਂ ਉਹ ਸੰਗਠਨ ਇੰਨੇ ਵੱਡੇ ਨੇ, ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਹੁਣ ਤਾਂ ਇਹ ਸੰਗਠਨ ਜਿਹੜਾ 10-10 ਹਜ਼ਾਰ ਬੰਦੇ ਦਾ ਵੀ ਆ, 20,000 ਦਾ ਵੀ ਆ, 30,000 ਦਾ, ਲੱਖਾਂ ਦੀ ਗਿਣਤੀ 'ਚ ਲੁੱਟਣ ਵਾਸਤੇ, ਗਲਤ ਪਾਸੇ ਲਾਉਣ ਲਈ ਸੰਸਾਰ ਨੂੰ, ਸੰਸਾਰ ਅੰਦਰ ਇਹ ਲੋਕ ਪ੍ਰਗਟ ਹੋਏ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸਲ ਸੱਚਾ ਸਤਿਗੁਰੂ ਗੁਰੂ ਸਾਹਿਬ ਹੀ ਨੇ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹੀਨਿਆਂ ਰਾਹੀਂ ਉਪਦੇਸ਼ ਜਿਹੜਾ ਕੀਤਾ ਹੈ, ਇਹਦੇ ਨਾਲ ਹੀ ਸਮਾਪਤੀ ਅਤੇ ਬਾਅਦ ਵਿੱਚ ਦਿਨ ਰਹਿਣ ਬਾਣੀ ਵੀ ਉਚਾਰਨ ਕੀਤੀ ਹੈ। ਸੋ ਮਹੀਨਿਆਂ ਦੇ ਰਾਹੀਂ ਉਪਦੇਸ਼ ਤਾਂ ਦਿੱਤਾ ਮਹਾਰਾਜ ਨੇ, ਮਹੀਨੇ ਦਾ ਨਾਂ ਤਾਂ ਸੁਣਾ ਤਾ ਗੁਰੂ ਅਰਜਨ ਦੇਵ ਜੀ ਨੇ, 1-12 ਮਾਹ ਪਹਿਲੇ ਪਾਤਸ਼ਾਹ ਦਾ। ਉਹ ਥੋੜ੍ਹਾ ਮਹਿੰਗੀ ਬਾਣੀ ਹੈ, ਸਾਵਣ ਸਰਸਮਣਾ
ਕੰਨ ਵਰਸ ਹੈ ਰੁੱਤ ਆਵੇ ਇਤਿਆਦਿ ਕੁਝ ਸ਼ਬਦ ਆਉਂਦੇ ਨੇ। ਪੰਚਮ ਪਿਤਾ ਅੱਗੇ ਬੇਨਤੀ ਕੀਤੀ ਸੰਗਤ ਨੇ ਕਿ ਮਹਾਰਾਜ ਜੋ ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਹ ਉਚਾਰਨ ਕੀਤਾ ਆਮ ਜਿਵੇਂ ਸਾਦਾ ਜਿਹਾ ਬੰਦਾ ਸਿੱਧਾ ਸਾਦਾ ਜਿਹਨੂੰ ਸਮਝ ਨਹੀਂ ਪੈਂਦੀ ਇਹ ਮਹਿੰਗੀ ਬਾਣੀ ਮਹਾਰਾਜ ਦੀ, ਤੁਸੀਂ ਕਿਰਪਾ ਕਰੋ ਸੌਖੀ ਬਾਣੀ ਜਿਹੜੀ ਸੌਖੀ ਸਮਝ ਪੈ ਜਾਏ ਇਸੀ ਬਾਣੀ ਗ੍ਰਿਸਤੀਆਂ ਲਈ ਉਚਾਰੋ ਤਾਂ ਕਿ ਗੁਰਸਿੱਖ ਬਾਰਾਂ ਮਾਹਾਂ ਦਾ ਪਾਠ ਵੀ ਕਰਨ ਅਤੇ ਇਹਦੀ ਸੌਖੀ ਸਮਝ ਵੀ ਪੈ ਜਾਇਆ ਕਰੇ। ਮਹਾਰਾਜ ਨੇ ਬਚਨ ਕੀਤਾ ਅਸੀਂ ਬਰਾਬਰੀ ਨਹੀਂ ਕਰਨੀ ਵੱਡਿਆਂ ਸਤਿਗੁਰਾਂ ਦੀ। ਫਿਰ ਉਸ ਵਕਤ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਬਰਾਬਰੀ ਨਾ ਕਰੋ, ਤੁਸੀਂ ਉਸ ਸਟੀਕ ਉਹ ਜਿਹੜਾ ਲਿਖਿਆ ਹੋਇਆ ਬਾਰਾਂ ਮਹਾ ਉਹਦਾ ਸਟੀਕ ਕਰ ਦਿਓ। ਇਸ ਤਰ੍ਹਾਂ ਉਹ ਜਿਹੜਾ ਬਾਰਾਂ ਮਹਾ ਹੈ ਸੋ ਤੁਖਾਰੀ ਰਾਗ ਦੇ ਬਾਰਾਂ ਮਹਾ ਮੂਲ ਰੂਪ ਹੈ ਔਰ ਉਚਾਰਨਾ ਕੀਤਾ ਉਹਦਾ ਅਰਥ ਰੂਪ ਵਿੱਚ ਬਾਰਾਂ ਮਹਾ ਟੀਕਾ ਰੂਪ। ਸੋ ਪਹਿਲੀ ਪੌੜੀ ਜਿਹੜੀ ਹੈ ਇਹਦੀ ਮੰਗਲ ਰੂਪ ਕਥਨ ਕੀਤੀ ਹੈ, ਉਹਦੇ ਵਿੱਚ ਵੀ ਕਾਫੀ ਪੌੜੀਆਂ ਮੰਗਲ ਰੂਪ ਨੇ। ਅਖੀਰ ਵਿੱਚ ਮੰਗਲ ਮੰਗਲ ਹੁੰਦਾ ਜਿਵੇਂ ਆਪਾਂ ਸ਼ੁਰੂ 'ਚ ਲਿਖਦੇ ਹਾਂ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ, ਇੱਕ ਓਂਕਾਰ ਸਤਿਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਸਾਡੇ ਸਾਰੇ ਸਰੂਪ ਨੇ ਮੰਗਲ ਦੇ। ਮੰਗਲ ਹੁੰਦਾ ਪਹਿਲਾਂ ਉਪਮਾ ਕਰਨੀ, ਬੇਨਤੀ ਕਰਨੀ, ਬਾਅਦ 'ਚ ਮਹੀਨਾ ਪ੍ਰਾਰੰਭ ਕਰਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਇਹਦੇ 'ਚ ਮੰਗਲ ਉਚਾਰਨ ਕਰਦੇ ਨੇ, ਫਿਰ ਉਦੋਂ ਬਾਅਦ ਕਿਰਪਾ ਹੋਵੇਗੀ, ਬਾਣੀ ਉਚਾਰਨ ਕਰਨਗੇ ਸਤਿਗੁਰੂ ਮਹਾਰਾਜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆਂ ਨੂੰ ਉਪਦੇਸ਼ ਕੀਤਾ, ਗੁਰੂ ਅਰਜਨ ਦੇਵ ਜੀ ਵੀ ਉਹੀ ਉਪਦੇਸ਼ ਕਰਦੇ ਨੇ ਸੰਸਾਰ ਨੂੰ। ਬਾਰਹਿ ਤੋਂ ਭਾਵ ਬਾਰਾਂ ਮਾਹਾ ਮਹੀਨੇ, ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਘਰ ਚੌਥਾ, ਚੌਥੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕੀਰਤਨ ਵਾਲਿਆਂ ਲਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਹੀ ਰਸਤਾ ਦਿਖਾਉਂਦੇ ਨੇ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ, ਰਾਮ ਤੋਂ ਪਾਈ ਹੈ ਰਾਮ ਹੈ ਪਰਮੇਸ਼ਰ ਜੀ ਕਿਰਪਾ ਕਰੋ। ਕਿਰਤ ਹੁੰਦੀ ਹੈ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹ ਜੀਵ ਆਪ ਜੀ ਤੋਂ ਵਿਛੜੇ ਹੋਏ ਨੇ, ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਅਸੀਂ ਆਪ ਜੀ ਤੋਂ ਵਿਛੜ ਗਏ ਹਾਂ ਜੀ, ਕਿਉਂਕਿ ਸਾਡੀਆਂ ਗਲਤੀਆਂ ਹੋ ਗਈਆਂ ਸਾਡੇ ਤੋਂ। ਬਹੁਤ ਸਾਰੀਆਂ ਇਨਸਾਨ ਗਲਤੀਆਂ ਕਰ ਜਾਂਦਾ ਜਿਸ ਕਰਕੇ ਸਾਡਾ ਪਰਮਾਤਮਾ ਨਾਲੋਂ ਵਿਛੋੜਾ ਪੈ ਜਾਂਦਾ। ਕਰ ਕਿਰਪਾ ਮਿਲੋ ਰਾਮ, ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਹਾਰਾਜ ਜੀ ਮੇਲ ਲਓ। ਇਹ ਬੇਨਤੀਆਂ ਆਪਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਕਰਨੀਆਂ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਨੇ ਕਿ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਮੇਲ ਲਓ। ਇਹ ਬੇਨਤੀਆਂ ਆਪਾਂ ਹਰ ਰੋਜ਼ ਹੀ ਕਰਨੀਆਂ। ਵੈਸੇ ਤਾਂ ਪੁਰਾਣੇ ਸਿੰਘ ਜਿਹੜੇ ਸੀਗੇ, ਪੁਰਾਣੇ ਗੁਰਸਿੱਖ, ਉਹ ਨਿਤਨੇਮ ਦੇ ਨਾਲ ਹੀ ਬਾਰਾਂ ਮਾਹਾਂ ਕਰਿਆ ਕਰਦੇ ਸੀ ਸਾਰਾ ਹੀ ਰੋਜ਼। ਫਿਰ ਹੌਲੀ ਹੌਲੀ ਇੱਥੇ ਇੱਕ ਗੱਲ ਆ ਗਈ ਵੀ ਉਹ ਸਿਰਫ ਇੱਕ ਮਹੀਨਾ ਜਿਹੜਾ ਹੁੰਦਾ ਚੱਲ ਰਿਹਾ ਉਹ ਪੜ੍ਹ ਲਓ ਬਸ। ਹੌਲੀ ਹੌਲੀ ਗੱਲ ਆ ਗਈ ਬਈ ਚਲੋ ਮਹੀਨੇ ਬਾਅਦ ਹੀ ਮਹੀਨਾ ਸੁਣ ਲਿਆ ਕਰਾਂਗੇ। ਇਹ ਜਿਹੜੀ ਮਨ ਦੀ ਬੇਈਮਾਨੀ ਹੈ ਇਹ ਬਹੁਤ ਵੱਡੀ, ਇਹਨੂੰ ਸਮਝਣਾ ਚਾਹੀਦਾ। ਸੋ ਜਿਵੇਂ ਭਰੀ ਹੋਈ ਨਦੀ ਦੇ ਕਿਨਾਰੇ 'ਤੇ ਮਾੜੀ ਜਿਹੀ ਖੱਡ ਹੋ ਜੇ, ਉੱਥੋਂ ਪਾਣੀ ਰਿਸਣ ਲੱਗ ਜੇ, ਉਹਦੇ ਵਿੱਚੋਂ ਪਾਣੀ ਨਿਕਲਦਿਆਂ ਉਹ ਖੱਡ ਹੋਰ ਵੱਡੀ ਹੋ ਗਈ, ਹੋਰ ਵੱਡੀ ਹੋ ਗਈ, ਬੰਨ੍ਹ ਹੀ ਟੁੱਟ ਜਾਂਦਾ। ਬੰਨ੍ਹ ਟੁੱਟਣ ਨਾਲ ਸਾਰੀ ਨਦੀ ਦਾ ਪਾਣੀ ਹੀ ਫੈਲ ਜਾਂਦਾ ਚਾਰੇ ਪਾਸੇ। ਆਪਾਂ ਮਰਿਆਦਾ ਵਿੱਚ ਜਦੋਂ ਵੀ ਮਾੜੀ ਜਿਹੀ ਢਿੱਲ ਪਾਵਾਂਗੇ, ਮਾੜੀ ਜਿਹੀ ਢਿੱਲ ਪਾਈ ਮਰਿਆਦਾ 'ਚ ਬਹੁਤ ਸਮਾਂ ਪਹਿਲਾਂ, ਉਹ ਢਿੱਲ ਪੈਂਦੀ 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 ਇੰਨੀ ਵੱਡੀ ਖੱਡ ਬਣ ਗਈ, ਹੁਣ ਬਿਲਕੁਲ ਹੀ ਮਰਿਆਦਾ
ਸਮਾਪਤ ਹੋਣ 'ਤੇ ਹੀ ਆਈ ਪਈ ਆ ਹੁਣ, ਮਾੜਾ ਜਿਹਾ ਹੀ ਕਿਨਾਰਾ ਬਾਕੀ ਰਹਿੰਦਾ। ਕਿਉਂ ਹਰੇਕ ਚੀਜ਼ ਨੂੰ ਆਪਾਂ ਨੇ ਛੇੜ ਦਿੱਤਾ ਪਹਿਲਾਂ। ਜਦੋਂ ਕਿਸੇ ਚੀਜ਼ ਦਾ ਨਾਂ ਪਤਾ ਹੋਵੇ ਤਾਂ ਛੇੜਨੀ ਨਹੀਂ ਚਾਹੀਦੀ। ਜਦੋਂ ਆਪਾਂ ਛੇੜ ਦਈਏ ਤਾਂ ਇੰਨੀ ਖਰਾਬ ਹੋ ਜਾਂਦੀ ਹੈ ਕਿ ਮਰਿਆਦਾ ਸਾਰੀ ਖਰਾਬ ਹੋ ਗਈ। ਜਿਹੜੀ ਮਰਿਆਦਾ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਉਹ ਮਰਿਆਦਾ ਜੇ ਉਸੇ ਤਰ੍ਹਾਂ ਹੀ ਚੱਲੀ ਰਹਿੰਦੀ ਤਾਂ ਕਿੰਨਾ ਚੰਗਾ ਹੁੰਦਾ। ਪਰ ਜਿਹੜੇ ਲੋਕ ਸ਼ਰਾਰਤੀ ਨੇ ਉਹ ਹਟਦੇ ਨਹੀਂ, ਉਹ ਸ਼ਰਾਰਤ ਕਰਕੇ ਸਾਰੀਆਂ ਚੀਜ਼ਾਂ ਨੂੰ ਛੇੜ ਜਾਂਦੇ ਨੇ। ਕਹਿਣਗੇ ਇਹਦੀ ਕੀ ਲੋੜ ਹੈ, ਇਹ ਚੀਜ਼ ਦੀ ਕੀ ਲੋੜ, ਇਹਦੀ ਤਾਂ ਲੋੜ ਹੀ ਨਹੀਂ, ਤਾਂ ਮਰਿਆਦਾ ਹੀ ਨਹੀਂ। ਜਿਹੜਾ ਅੱਗਿਓਂ ਜਿਹਨੂੰ ਕਹਿੰਦੇ ਹਾਂ ਉਹਨੂੰ ਤਾਂ ਵੈਸੇ ਹੀ ਨਹੀਂ ਪਤਾ ਹੁੰਦਾ ਮਰਿਆਦਾ ਦਾ, ਕਿਉਂਕਿ ਇੰਨੇ ਪੱਕੇ ਨਹੀਂ ਨਾ ਆਪਾਂ ਕਿ ਆਪਾਂ ਮਰਿਆਦਾਵਾਂ ਪੜ੍ਹੀਆਂ ਹੋਣ ਸਾਰੀਆਂ। ਆਪਾਂ ਕੋਈ ਚੀਜ਼ ਪੜ੍ਹੀ ਹੋਵੇ, ਗੁਰਬਾਣੀ ਦੀਆਂ ਸਾਰੀਆਂ ਪੰਗਤੀਆਂ ਕੰਠ ਹੋਣ, ਇਤਿਹਾਸ ਬਾਰੇ ਆਪਾਂ ਨੂੰ ਕੋਈ ਨੌਲੇਜ ਹੋਵੇ, ਉਹ ਚੀਜ਼ ਹੈ ਨਹੀਂ। ਕਿਉਂਕਿ ਜਿੱਥੋਂ ਵੀ ਛੇੜ ਲਈਏ ਇਤਿਹਾਸ ਦਾ ਪਤਾ ਹੀ ਨਹੀਂ ਹੈ। ਅਤੇ ਜਦੋਂ ਵੀ ਕੋਈ ਬੰਦਾ ਚਲਾਕ ਜਿਹਾ ਆ ਕੇ ਸ਼ੈਤਾਨੀਆਂ ਮਾਰ ਜਾਂਦੇ ਬਹੁਤ ਸਾਰੇ ਲੋਕ ਕਿ ਆਹ ਗੱਲ ਤਾਂ ਹੈ ਹੀ ਨਹੀਂ, ਆਹ ਲਿਖਿਆ ਹੀ ਨਹੀਂ ਹੋਇਆ, ਮਰਿਆਦਾ ਨਹੀਂ, ਉਹ ਅਣਜਾਣ ਬੰਦਿਆਂ ਨੂੰ ਗਲਤ ਰਸਤੇ 'ਤੇ ਚਲਾ ਜਾਂਦੇ ਨੇ। ਇਸ ਤਰ੍ਹਾਂ ਦੀ ਸ਼ਰਾਰਤ ਕਰਦਿਆਂ ਕਰਦਿਆਂ ਫਿਰ ਨਿਤਨੇਮ 'ਚ ਘਾਟਾ ਪੈ ਗਿਆ ਬਹੁਤ। ਨਿਤਨੇਮ ਦਿਨੋ ਦਿਨ ਘਟਦਾ ਜਾਂਦਾ। ਇਹ ਗੱਲ ਉੱਤੇ ਤੁਸੀਂ ਨਿਗਾਹ ਨਹੀਂ ਰੱਖੀ ਹੋਈ, ਅਸੀਂ ਰੱਖੀ ਹੋਈ ਆ ਕਿ ਕਿੱਥੋਂ ਕੰਮ ਚੱਲਿਆ, ਕਿੱਥੇ ਚੱਲਦਾ, ਕਿਵੇਂ ਕਿਵੇਂ ਛੇੜਾਛਾੜੀ ਹੋ ਰਹੀ ਹੈ। ਔਰ ਦੇਖੋ ਨਿਤਨੇਮ ਘਟਦਾ ਘਟਦਾ ਇਸ ਢੰਗ ਨਾਲ ਘਟਾ ਦਿੱਤਾ, ਮੇਰਾ ਖਿਆਲ ਹੈ ਵੀ ਹੁਣ ਇਕੱਲਾ ਜਪਜੀ ਸਾਹਿਬ ਹੀ ਰਹਿ ਜਾਣਾ, ਬਾਕੀ ਸਾਰਿਆਂ 'ਤੇ ਕਿੰਤੂ ਪਰੰਤੂ ਜਿਹਾ ਕਰ ਕਰਾ ਕੇ ਆਨੰਦ ਸਾਹਿਬ ਜਿਹੜੀ ਸਾਡੀ ਮੂਲ ਬਾਣੀ ਸੀ, ਆਨੰਦ ਸਾਹਿਬ ਸਿੱਖ ਨੂੰ ਦਿੱਤਾ ਸੀ ਜੀਵਨ ਮੁਕਤੀ ਲਈ, ਆਨੰਦ ਸਾਹਿਬ ਰਹਿ ਗਿਆ। ਲੋਕ ਕਹਿੰਦੇ ਉਹ ਲੋੜ ਹੀ ਨਹੀਂ, ਜਪਜੀ ਸਾਹਿਬ ਜਾਪ ਸਾਹਿਬ ਅਤੇ ਸਵਈਏ ਪੜ੍ਹ ਲਈਏ ਇੰਨਾ ਹੀ ਕਾਫੀ ਹੈ, ਬਾਕੀ ਇਹ ਰਹਿ ਰਾਸ ਦੇ ਵਿੱਚ ਆ ਜਾਂਦੀ ਬਾਣੀ ਚੌਪੀ ਸਾਹਿਬ ਦੀ ਅਤੇ ਆਨੰਦ ਸਾਹਿਬ ਦੀਆਂ 6 ਪੌੜੀਆਂ। ਪਹਿਲਾਂ ਸ਼ਰਾਰਤ ਹੋਈ ਸੀ ਮੰਗਲਾਂ ਨਾਲ, ਗੁਰੂ ਗ੍ਰੰਥ ਸਾਹਿਬ ਦੇ ਮੰਗਲ ਸਾਰੇ ਛੇੜੇ ਗਏ, ਉਹ ਮਸਾਂ ਠੀਕ ਕਰਾਏ, ਉਹ 'ਚ ਬਹੁਤ ਮਿਹਨਤ ਕੀਤੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ, ਬਾਬਾ ਗੁਰਬਚਨ ਸਿੰਘ ਜੀ ਹੁਕਮ ਨਾਲ, ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਮਿਲ ਕੇ ਇਹਨਾਂ ਨੇ ਬਲਾਕ ਬਣਾ ਕੇ ਆਪ ਸਰੂਪ ਤਿਆਰ ਕਰਕੇ ਫਿਰ ਜਾ ਕੇ ਲਾਗੂ ਕਰਵਾਏ ਸੰਤ ਸਮਾਜ ਨੇ। ਉਦੋਂ ਬਾਅਦ ਫਿਰ ਸ਼ਰਾਰਤ ਹੋਈ, ਚੌਪੀ ਸਾਹਿਬ ਦਾ ਪਾਠ ਜੋ ਚੱਲਿਆ ਆਉਂਦਾ ਸੀ ਉਹ ਘਟਾ ਕੇ 25 ਪੌੜੀਆਂ ਕਰਤੀਆਂ, ਜਿਹੜੀ ਉਹ 'ਚ ਮੂਲ ਚੀਜ਼ ਸੀ ਉਹ ਕੱਟਤੀ। ਉਦੋਂ ਬਾਅਦ ਫਿਰ ਆਨੰਦ ਸਾਹਿਬ ਦੀਆਂ 6 ਪੌੜੀਆਂ ਕਰਤੀਆਂ ਅੰਮ੍ਰਿਤ ਸੰਚਾਰ ਦੇ ਵਿੱਚ। ਉਹ ਫਿਰ ਦੋ ਸਿਆਣੇ ਆਪਣੇ ਵਿਦਵਾਨ ਸੀ, ਗਿਆਨੀ ਮੇਵਾ ਸਿੰਘ ਜੀ ਅਤੇ ਇੱਕ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ, ਇਹਨਾਂ ਨੇ ਫਿਰ ਮੀਟਿੰਗ 'ਚ ਕਿਹਾ ਵੀ ਸੁਰਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ 'ਤੇ ਪਾਇਆ, ਤਾਂ 13ਵੀਂ 14ਵੀਂ ਪੌੜੀ ਜਾ ਕੇ ਜਿਹੜੀ ਆ ਉਹ ਤਾਂ ਛੱਡ ਹੀ ਦਿੱਤੀ, 6 ਪੌੜੀਆਂ ਨਾਲ ਅੰਮ੍ਰਿਤ ਸੰਚਾਰ ਕਿਵੇਂ ਹੋ ਜਾਏਗਾ। ਫਿਰ ਆਨੰਦ ਸਾਹਿਬ ਚਲੋ ਕਹਿੰਦੇ ਪੂਰਾ ਪੜ੍ਹਾ ਦਿੰਦੇ ਹਾਂ। ਇਹ ਤੁਸੀਂ ਦੱਸੋ ਵੀ ਕਿਉਂ ਹਟਾਇਆ ਜਾ ਰਿਹਾ, ਇਹ ਕਾਰਨ ਲੱਭਣਾ। ਫਿਰ ਆਨੰਦ ਸਾਹਿਬ ਦਾ ਕੀ ਕੀਤਾ, ਕਹਿੰਦੇ ਚਲੋ ਲੋੜ ਨਹੀਂ, ਜਪਜੀ ਸਾਹਿਬ ਜਾਪ ਸਾਹਿਬ ਸਵਈਏ ਪੜ੍ਹ ਲਓ। ਰਹਿ ਰਾਸ ਦੇ ਵਿੱਚ ਚੌਪੀ ਸਾਹਿਬ ਅਤੇ ਆਨੰਦ ਸਾਹਿਬ ਆ ਗਿਆ, ਅਤੇ ਰੋਟੀ ਫਿਰ ਇੱਕ ਟਾਈਮ ਹੀ ਖਾ ਲਓ, ਸ਼ਾਮ ਨੂੰ ਹੀ ਖਾ ਲਓ, ਵਿੱਚ ਹੀ ਆ ਜਾਣਾ ਸਾਰਾ ਕੁਝ, ਉਹੀ ਦਾਲ ਸਬਜ਼ੀ ਰੋਟੀ ਚਾਹ ਵੀ ਫਿਰ ਇੱਕ ਟਾਈਮ ਪੀ ਲਓ। ਜਿਹੜੀ ਤਾਕਤ ਦੇਣੀ ਸੀ ਸਵੇਰੇ 5 ਬਾਣੀਆਂ ਨੇ ਉਹਨਾਂ ਦੇ ਵਿੱਚ ਖੱਡ ਕਰ ਦਿੱਤੀ ਵੱਡੀ ਸਾਰੀ, ਉਹਦੇ ਨਾਲ ਉਹ ਕੰਮ ਤੋੜ ਦਿੱਤਾ। ਜਿਉਂ ਘਟਾਉਣ ਲੱਗੇ ਨੇ ਫਿਰ ਤੁਹਾਡੇ 'ਚ ਹੁਣ ਕੀ ਰਿਹਾ, ਕਿਹਦੇ ਕੋਲ ਪਾਵਰ ਹੈ, ਕਿਹਦੇ ਕੋਲ ਕੀ ਚੀਜ਼ ਹੈ, ਕਿਹਦੇ ਕੋਲ ਕੁਛ ਵੀ ਨਹੀਂ ਹੈ, ਉਹੀ ਸਾਰੀਆਂ ਡੀਂਗਾਂ ਨੇ। ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਸੀ ਉਹ ਸਾਰੀ ਬਖਸ਼ਿਸ਼ ਹੀ ਖਰਾਬ ਕਰ ਦਿੱਤੀ, ਕਿਉਂਕਿ 10ਵੇਂ ਪਾਤਸ਼ਾਹ ਨੇ ਜੋ ਕੀਤਾ ਉਹਦੇ ਉੱਤੇ ਕਿਸੇ ਸਿੱਖ ਨੂੰ ਕਿੰਤੂ ਕਰਨ ਦਾ ਅਧਿਕਾਰ ਨਹੀਂ। ਸੁੱਧ ਬਸ 5ਵੇਂ ਪਾਤਸ਼ਾਹ ਜਿੰਨੀਆਂ ਵਾਰਾਂ ਲਿਖੀਆਂ ਨੇ ਆਪ ਜਿਹੜੀ ਲਿਖੀ ਹੈ ਨਾ ਸਾਰੀ ਵਾਰ, ਉਹਦੇ 'ਤੇ ਲਿਖਿਆ ਸੁੱਧ ਕੀਚੇ। ਉਹ ਵੱਡਿਆਂ ਸਾਹਿਬਾਂ ਨੂੰ ਕਿਹਾ ਤੁਸੀਂ ਆਪ ਸੁੱਧ ਕਰ ਲਿਓ ਜੇ ਕੋਈ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ। ਆਪ ਜਿਹੜੀ ਵੱਡਿਆਂ ਸਾਹਿਬਾਂ ਦੀ ਵਾਰ ਲਿਖੀ ਹੈ ਉਹਦੇ ਮਗਰ ਲਿਖਦੇ ਨੇ ਸੁੱਧ, ਜਿਵੇਂ ਆਸਾ ਦੀ ਵਾਰ ਦੇ ਪਿੱਛੇ ਲਿਖਿਆ ਹੋਇਆ। ਇਹ ਬਾਣੀ ਨਿਰਸੰਦੇਹ ਸੁੱਧ ਹੈ, ਇਹ 'ਤੇ ਕੋਈ ਕਲਮ ਨਾ ਚੱਕੇ।
ਇਸ ਤਰ੍ਹਾਂ ਬਾਣੀਆਂ ਦੇ ਨਾਲ ਖਿਲਵਾੜ ਕਰਨਾ, ਫਿਰ ਉਹ ਤਾਕਤ ਦਾ ਘੱਟ ਜਾਣਾ, ਫਿਰ ਉਹ ਸ਼ਕਤੀ ਦਾ ਘੱਟ ਜਾਣਾ ਕੁਦਰਤੀ ਗੱਲ ਹੈ। ਪਹਿਲਾਂ ਨੇਤਰੇਮ ਹੁੰਦਾ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਅਸੀਂ ਕਰਦੇ ਸੀ, ਪਹਿਲਾਂ ਪੋਥੀਆਂ ਇਹ ਛਪੀਆਂ ਹੋਈਆਂ ਸੀ, ਜਪਜੀ ਸਾਹਿਬ, ਸ਼ਬਦ ਹਜ਼ਾਰੇ, ਜਾਪ ਸਾਹਿਬ, ਜਾਪ ਸਾਹਿਬ ਨਾਲ ਫਿਰ ਉਸ ਵਕਤ ਇਹ ਬਾਣੀ ਆਉਂਦੀ ਸੀ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਫਿਰ ਸਵਈਏ ਸਰਾਵਕ ਸੁੱਧ ਵਾਲੇ, ਫਿਰ ਦੀਨਨ ਕੀ ਪ੍ਰਤਪਾਲ ਵਾਲੇ ਸਵਈਏ, ਫਿਰ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ, ਫਿਰ ਬੇਨਤੀ ਆਉਂਦੀ ਸੀ ਪ੍ਰਣਵਾਦ ਏਕ ਅੰਕਾਰਾ, ਫਿਰ ਉਹਦੇ ਬਾਅਦ ਆਨੰਦ ਸਾਹਿਬ, ਫਿਰ ਬਾਰਾਂ ਮਾਹਾਂ, ਫਿਰ ਉਦੋਂ ਬਾਅਦ ਸੁਖਮਨੀ ਸਾਹਿਬ, ਫਿਰ ਆਸਾ ਦੀ ਵਾਰ। ਇੰਨਾ ਕੁ ਨਿਤਨੇਮ ਤਾਂ 18 ਕੁ ਬਾਣੀਆਂ ਦਾ ਨਿਤਨੇਮ ਤਾਂ ਸੁਭਾਵਿਕ ਹੀ ਆ ਸਾਡਾ ਰੋਜ਼ ਦਾ। ਅਤੇ ਇਸ ਤਰ੍ਹਾਂ ਦੇ ਕਰਨ ਦੇ ਨਾਲ ਜਿੰਨੀ ਜ਼ਿਆਦਾ ਬਾਣੀ ਹੋਵੇਗੀ ਓਨੀ ਜ਼ਿਆਦਾ ਕਿਰਪਾ ਹੋਵੇਗੀ। ਕੁੱਲ ਨਿਤਨੇਮ ਜਿਹੜਾ, ਕਿਉਂਕਿ ਹੁਣ ਬਿਜ਼ੀ ਅੱਖਰ ਜਿਹੜਾ ਵਿੱਚ ਆ ਜਾਂਦਾ, ਨਹੀਂ ਤਾਂ 52 ਬਾਣੀਆਂ ਨੇ ਕੁੱਲ ਰੋਜ਼ ਦੀਆਂ, ਨਾਲੇ ਸਿੰਘਾਂ ਪੁਰਾਣਿਆਂ ਨੂੰ ਕੰਠ ਵੀ ਸੀ, ਪਰ ਇਹਦੇ ਨਾਲ ਹਰੇਕ ਬੰਦਾ ਖਿੱਚ ਜਾਂਦਾ ਇੰਨੀ ਬਾਣੀ ਕਿਵੇਂ ਪੜ੍ਹੀਏ। ਵੈਸੇ ਮੈਨੂੰ ਵੀ ਜ਼ੋਰ ਲਾਉਣ ਦੀ ਕੀ ਲੋੜ ਹੈ, ਜੇ ਨਹੀਂ ਕੋਈ ਪੜ੍ਹਦਾ ਤਾਂ ਮੈਨੂੰ ਕੀ ਲੋੜ ਹੈ ਜ਼ੋਰ ਲਾਉਣ ਦੀ, ਮੇਰੇ ਲਈ ਤਾਂ ਕੋਈ ਬਾਣੀ ਪੜ੍ਹੇ ਹੀ ਨਾ, ਪਰ ਮੇਰੀ ਡਿਊਟੀ ਆ। ਜੇ ਕੋਈ ਬਾਣੀ ਘੱਟ ਪੜ੍ਹ, ਜੇ ਕੋਈ ਬਾਣੀ ਵੱਧ ਪੜ੍ਹਦਾ, ਆਪਾਂ ਕਦੇ ਉਹਨੂੰ ਕਿਹਾ ਵੀ ਵੱਧ ਕਿਉਂ ਪੜ੍ਹਦਾ ਤੂੰ? ਆਪਾਂ ਤਾਂ ਉਹਨੂੰ ਕਹਿੰਦੇ ਤੂੰ ਘੱਟ ਕਿਉਂ ਪੜ੍ਹਦਾ, ਬਾਣੀ ਘੱਟ ਨਾ ਪੜ੍ਹ, ਆ ਨਿਆਣੇ ਰੋਟੀ ਖਾਂਦੇ ਹੀ ਨਹੀਂ, ਚਿਪਸ ਜੇ ਖਾਈ ਜਾਂਦੇ, ਕੋਕ ਪੀ ਜਾਂਦੇ, ਕੈਂਡੀਆਂ ਖਾ ਲਏ, ਉਹ ਕੁੱਕੀਆਂ ਖਾ ਲਈਆਂ, ਤੇ ਇਹ ਮਾਂ ਬਾਪ ਤਾਂ ਹੀ ਮਗਰ ਮਗਰ ਭੱਜੇ ਫਿਰਦੇ, ਉਹ ਕਮਜ਼ੋਰ ਹੋ ਜਾਓਗੇ, ਸ਼ਕਤੀ ਨੇ, ਹੁਣ ਦੁੱਧ ਪੀ ਲਾ, ਕੈਲਸ਼ੀਅਮ ਦੀ ਘਾਟ ਹੋ ਜਾਣੀ, ਤੇਰੇ ਹੱਡੀਆਂ ਕਮਜ਼ੋਰ ਹੋ ਜਾਣੀਆਂ। ਇਹ ਸਾਡੀ ਡਿਊਟੀ ਆ, ਹੀ ਤੁਹਾਨੂੰ ਕਹਿ ਰਹੇ ਬਾਣੀ ਜ਼ਿਆਦਾ ਪੜ੍ਹ ਲਓ, ਜ਼ਿਆਦਾ ਪੜ੍ਹਨ ਨਾਲ ਫਾਇਦਾ, ਘੱਟ ਨਾ ਪੜ੍ਹੋ। ਜਿੱਦਣ ਫਿਰ ਇਹਦੇ ਜਵਾਬ ਦੇਣਾ ਪਿਆ ਜਾਂ ਇਹਦੇ ਵਿੱਚ ਕਮਜ਼ੋਰੀਆਂ ਆ ਗਈਆਂ ਆਪਣੇ 'ਚ, ਫਿਰ ਉਹ ਕਮਜ਼ੋਰੀਆਂ ਤੁਹਾਡੀਆਂ ਮੌਕੇ 'ਤੇ ਕਿਵੇਂ ਦੂਰ ਕਰਾਂਗੇ ਆਪਾਂ? ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ 12 ਮਾਹਾਂ ਜਿਹੜਾ ਹੈ, ਜੇ ਰੋਜ਼ ਪੜ੍ਹ ਲਈਏ ਤਾਂ 12 ਮਾਹਾਂ ਦੀ ਬਾਣੀ ਬਹੁਤ ਹੀ ਵਿਰਾਗਮਈ, ਨਾਮਦਾਨ ਦਿਵਾਉਣ ਵਾਲੀ, ਦਰਸ਼ਨ ਕਰਾਉਣ ਵਾਲੀ ਬਾਣੀ ਹੈ। ਇਹਦੇ 'ਚ ਆਪਾਂ ਤਾਂਹੀਓ ਬੇਨਤੀਆਂ ਕਰਨੀਆਂ ਨੇ ਕਿ ਇਹ ਵਾਹਿਗੁਰੂ ਸਾਨੂੰ ਵਿਛੜਿਆ ਹੋਇਆਂ ਨੂੰ ਕਿਰਪਾ ਕਰਕੇ ਮੇਲ ਲਓ ਜੀ, ਹੇ ਸਤਿਗੁਰੂ ਆਪ ਕਿਰਪਾ ਕਰਕੇ ਸਾਰਿਆਂ ਵਿੱਚ ਰਮੇ ਹੋਏ ਪ੍ਰਮਾਤਮਾ ਨਾਲ ਸਾਨੂੰ ਮਿਲਾਪ ਕਰਵਾ ਦਿਓ ਜੀ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ, ਚਾਰੋ ਕੁੰਟ ਅਤੇ ਦਸੋ ਦਿਸ਼ਾ ਦੇ ਵਿੱਚ ਘੁੰਮ ਕੇ ਆ ਗਏ ਹਾਂ, ਸਾਡੇ ਉੱਤੇ ਕਿਰਪਾ ਕਰੋ। ਕੁੰਟ ਚਾਰ ਦਹਿ ਦਿਸ ਭਰਮੇ ਕਰਮ ਕਿਰਤ ਕੀ ਰੇਖ, ਸੁਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ। ਚਾਰ ਕੁੰਟ ਚਾਰ ਖਾਣੀਆਂ ਅਤੇ 10 ਦਿਸ਼ਾ ਵਿੱਚ ਭਰਮ ਕੇ ਥੱਕ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਹਾਂ। ਪੂਰਬ ਪੱਛਮ ਉੱਤਰ ਦੱਖਣ ਚਾਰ ਦਿਸ਼ਾਵਾਂ ਹੋ ਗਈਆਂ। ਇਹਨਾਂ ਦੇ ਜਿਹੜੇ ਵਿਚਕਾਰਲੇ ਕੋਣ ਹੁੰਦੇ ਨੇ, ਜਿਵੇਂ ਪੂਰਬ ਅਤੇ ਪੱਛਮ ਦੇ ਵਿਚਕਾਰ ਹੈ ਅਤੇ ਪੱਛਮ ਅਤੇ ਉੱਤਰ ਦੇ ਵਿਚਕਾਰ ਹੈ, ਉੱਤਰ ਅਤੇ ਦੱਖਣ ਦੇ ਵਿਚਕਾਰ ਦਾ ਕੋਣ ਹੈ, ਦੱਖਣ ਅਤੇ ਪੂਰਬ ਦੇ ਵਿਚਕਾਰ ਦਾ ਕੋਣ ਹੈ, ਇਹਨਾਂ ਕੋਣਾਂ ਦਾ ਨਾਂ ਹੈ ਅਗਨ ਕੋਣ, ਅਵੈਵ ਕੋਣ, ਈਸਾਨ ਕੋਣ ਅਤੇ ਨੈਰਤ ਕੋਣ। ਧਰਤੀ ਥੱਲੇ, ਆਕਾਸ਼ ਉੱਤੇ, 10 ਦਿਸ਼ਾ ਹੋ ਗਈਆਂ ਇਹ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਅਸੀਂ ਮਹਾਰਾਜ ਸੱਚੇ ਪਾਤਸ਼ਾਹ ਚਾਰੋ ਕੁੰਟਾਂ ਵਿੱਚ, ਚਾਰ ਖਾਣੀਆਂ ਵਿੱਚ, ਦਸੋ ਦਿਸ਼ਾ 'ਚ ਭਰਮ ਕੇ ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਸਾਡਾ ਕੁਛ ਨਹੀਂ ਬਣਿਆ, ਕਿਉਂਕਿ ਮਨੁੱਖ ਹਮੇਸ਼ਾ ਨਿਆਣੇ ਵਾਂਗੂ ਕਰਦਾ, ਜੇ ਨਿਆਣੇ ਕਰਨਗੇ ਮੈਂ ਆਪੇ ਕਰ ਲੂੰਗਾ, ਮਾਂ ਬਾਪ ਬਥੇਰੇ ਕਹਿੰਦੇ ਇਹ ਤਾਂ ਇੱਥੋਂ ਹੋਣਾ ਨਹੀਂ, ਇਹ ਮੈਂ ਕਰ ਲੂੰਗਾ ਜੀ, ਮੈਂ ਆਪੇ ਕਰ ਲੂੰਗਾ, ਫਿਰ ਜਦੋਂ ਕੰਮ ਬਿਲਕੁਲ ਖਰਾਬ ਹੋ ਜਾਂਦਾ ਨਿਆਣਾ ਫਿਰ ਖੜ ਜਾਂਦਾ ਚੁੱਪ ਕਰਕੇ, ਹੋਇਆ ਨਹੀਂ ਤੈਨੂੰ, ਸਾਨੂੰ ਤਾਂ ਪਹਿਲਾਂ ਹੀ ਪਤਾ ਇੱਥੋਂ ਹੋਣਾ ਨਹੀਂ ਕੁਛ, ਫਿਰ ਆਪਾਂ ਬੱਚੇ ਦੀ ਮਦਦ ਕਰਦੇ ਨੇ, ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਹੁੰਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਤੁਸੀਂ ਕਰਮ ਕਰਦੇ ਹੋ ਆਪਣੀ ਬੁੱਧੀ ਦੀ ਸਿਆਣਪ ਨਾਲ, ਇਹ ਉਸ ਤਰ੍ਹਾਂ ਨਹੀਂ ਹੋਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਅੱਜ ਤੋਂ 10 ਸਾਲ ਪਹਿਲਾਂ ਮੈਂ ਕਥਾ ਕਰਦੇ ਹਾਂ ਕਿ ਮੈਂ 10 ਸਾਲ ਤੁਹਾਨੂੰ ਦਿੱਤੇ, ਚੱਲ 10 ਸਾਲ ਲਾ ਲਓ ਜ਼ੋਰ, ਹੁਣ ਕਿੰਨੇ ਹੋਰ ਦੇਈਏ, 5 ਸਾਲ ਹੋਰ ਦੇ ਦਿੰਦੇ, ਫਿਰ 5 ਕੁ ਸਾਲ ਹੋਰ ਜ਼ੋਰ ਲਾ ਲਓ ਜਿਹੜਾ ਲੱਗਦਾ, ਨਹੀਂ ਹੋਣਾ। ਜਦ ਤੱਕ ਤੁਸੀਂ ਸਹੀ ਮਰਿਆਦਾ 'ਚ ਨਹੀਂ ਆਉਂਦੇ, ਸਹੀ ਢੰਗ ਤਰੀਕੇ ਨਾਲ ਚੱਲਦੇ ਨਹੀਂ, ਉਦੋਂ ਤੱਕ ਕੋਈ ਰਸਤਾ ਮਿਲਣਾ ਹੀ ਨਹੀਂ ਕਿਸੇ ਨੂੰ। ਜ਼ੋਰ ਲਾ ਲਓ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਆਪਣੀ ਬੁੱਧੀ ਦੀ ਸਿਆਣਪ ਨਾਲ ਇੱਥੇ ਕੁਛ ਨਹੀਂ ਮਿਲਦਾ।
ਇਹ ਤਾਂ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਨਾਲ ਹੀ ਮਿਲਣਾ ਜੋ ਮਿਲਣਾ। ਸਮਾਂ ਦਿੰਦੇ ਹਾਂ, 5 ਸਾਲ ਹੋਰ ਦਿੰਦੇ ਹਾਂ, 5 ਸਾਲ ਤੱਕ ਤੁਸੀਂ ਆਪਣਾ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਛੇੜੇ ਛਾੜੀ ਕਰਨ ਵਾਲੇ ਆ, ਦੇਖਿਓ ਤਾਂ ਅੱਜ ਤੋਂ 10 ਸਾਲ ਪਹਿਲਾਂ ਹਾਲੇ ਪੰਥ ਦੀ ਹਾਲਤ ਕੁਛ ਠੀਕ ਸੀ, 20 ਸਾਲ ਪਹਿਲਾਂ ਉਦੋਂ ਠੀਕ ਸੀ, 30 ਸਾਲ ਪਹਿਲਾਂ ਉਦੋਂ ਜ਼ਿਆਦਾ ਠੀਕ ਸੀ, ਪਰ ਹੁਣ ਕੀ ਹਾਲਾਤ ਨੇ? ਇਹ ਹਾਲਾਤ ਇਸੇ ਕਰਕੇ ਵਿਗੜੇ ਆ ਕਿਉਂਕਿ ਆਪਾਂ ਮਰਿਆਦਾਵਾਂ ਸਾਰੀਆਂ ਹੀ ਭੰਨ ਦਿੱਤੀਆਂ ਨੇ। ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ। ਜਿਵੇਂ ਧੇਨ ਤੋਂ ਭਾਵ ਹੁੰਦਾ ਗਊ ਹੈ, ਗਊ ਦੁੱਧ ਤੋਂ ਬਿਨਾਂ ਕਿਸ ਕੰਮ ਆਉਂਦੀ ਹੈ? ਲੋਕੀ ਤਾਂ ਭਾਲਦੇ ਨੇ ਕਿ ਗਊ ਹੈ ਤਾਂ ਦੁੱਧ ਦਿੰਦੀ ਹੋਵੇ, ਲਵੇਰੀ ਹੋਵੇ। ਇਸੇ ਤਰ੍ਹਾਂ ਬੁੱਧੀ ਰੂਪ ਗਊ ਜਿਹੜੀ ਆ, ਨਿਸ਼ਕਾਮ ਕਰਮਾਂ ਰੂਪ ਦੁੱਧ ਤੋਂ ਬਿਨਾਂ ਕਿਸ ਕੰਮ ਆਉਂਦੀ ਹੈ? ਮਹਾਰਾਜ ਨੇ ਆਪ ਫਿਰ ਬਚਨ ਲਿਖੇ ਨੇ, ਦੁੱਧ ਬਿਨ ਧੇਨ, ਦੁੱਧ ਤੋਂ ਬਿਨਾਂ ਗਾਂ, ਪੰਖ ਬਿਨ ਪੰਖੀ, ਖੰਭਾਂ ਤੋਂ ਬਿਨਾਂ ਪੰਛੀ ਕਿਸ ਕੰਮ ਹੈ? ਜਲ ਬਿਨ ਉਤ ਪੁਜ ਕਾਮ ਨਾਹੀਂ, ਖੇਤੀ ਪਾਣੀ ਤੋਂ ਬਿਨਾਂ ਕਿਵੇਂ ਉਗੂਗੀ? ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੇ ਤੇਰਾ ਨਾਮ ਨਾਹੀਂ। ਕਹਿੰਦੇ ਸੁਲਤਾਨ ਹੋਵੇ ਰਾਜਾ, ਰਾਜੇ ਨੂੰ ਕੋਈ ਸਲਾਮ ਹੀ ਨਾ ਕਰੇ, ਉਹ ਕਾਹਦਾ ਰਾਜਾ? ਇਸੇ ਤਰ੍ਹਾਂ ਸਰੀਰ ਰੂਪੀ ਕੋਠੀ ਜਿਹ 'ਚ ਨਾਮ ਨਹੀਂ ਹੈ, ਉਹ ਕਾਹਦਾ ਸਰੀਰ ਹੈ? ਮਹਾਰਾਜ ਨੇ ਇੰਨੇ ਪ੍ਰਮਾਣ ਦਿੱਤੇ ਬਾਣੀ ਦੇ ਅੰਦਰ ਕਿ ਜਿਸ ਪ੍ਰਕਾਰ ਗਾਂ ਕਿਸੇ ਕੰਮ ਨਹੀਂ ਦੁੱਧ ਤੋਂ ਬਿਨਾਂ, ਇਸੇ ਤਰ੍ਹਾਂ ਬੁੱਧੀ ਨਿਸ਼ਕਾਮ ਕਰਮਾਂ ਰੂਪ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਜਿਵੇਂ ਪਾਣੀ ਤੋਂ ਬਿਨਾਂ ਸਾਖ ਹੁੰਦੀ ਖੇਤੀ, ਖੇਤੀ ਸਾਰੀ ਕੁਮਲਾ ਜਾਂਦੀ ਹੈ, ਕਿਸੇ ਤਰ੍ਹਾਂ ਦੀ ਵੀ ਖੇਤੀ ਹੋਵੇ ਕੁਮਲਾ ਜਾਂਦੀ ਪਾਣੀ ਤੋਂ ਬਿਨਾਂ। ਖੇਤੀ ਦੇ ਕੁਮਲਾ ਜਾਣ 'ਤੇ ਦਾਮ ਹੁੰਦਾ, ਦਮੜੇ ਨਹੀਂ ਮਿਲਦੇ, ਕਿਉਂਕਿ ਖੇਤੀ ਆ ਪਿੱਛੇ ਜੇ ਸਾਰਿਆਂ ਦੀ ਖੇਤੀ ਕੋਰੇ ਨਾਲ ਖਰਾਬ ਹੋ ਗਈ, ਉਹਨਾਂ ਨੂੰ ਕੀ ਮਿਲਣਾ? ਇਸੇ ਤਰ੍ਹਾਂ ਜੇ ਖੇਤੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਉੱਥੇ ਬੀਜ ਨਹੀਂ ਪਿਆ, ਉੱਥੇ ਕੋਈ ਦਾਣੇ ਨਹੀਂ ਹੋਏ, ਕੋਈ ਫਲ ਨਹੀਂ ਲੱਗਿਆ, ਉਸ ਖੇਤੀ ਨੂੰ ਜਦ ਫਲ ਹੀ ਨਹੀਂ, ਬਾਜ਼ਾਰ 'ਚ ਕੀ ਵੇਚਣ ਜਾਣਾ? ਕਿਉਂਕਿ ਕਮਲਾਈ ਹੋਈ ਖੇਤੀ ਵਿਕਦੀ ਨਹੀਂ। ਇਸੇ ਤਰ੍ਹਾਂ ਨਾਮ ਰੂਪ ਜਲ ਤੋਂ ਬਿਨਾਂ ਸ਼ੁਭ ਗੁਣਾਂ ਰੂਪ ਖੇਤੀ ਕਮਲਾ ਜਾਂਦੀ ਹੈ, ਅਤੇ ਸਰੂਪ ਦੀ ਪ੍ਰਾਪਤੀ ਰੂਪ ਦਮੜੇ ਪੈਦਾ ਨਹੀਂ ਹੁੰਦੇ ਅੰਦਰ, ਸਰੂਪ ਦਾ ਗਿਆਨ ਹੁੰਦਾ ਅੰਦਰਲਾ। ਇਹ ਕਥਾ ਪਿੱਛੇ ਜੇ ਸ਼ਾਮ ਦੇ ਟਾਈਮ ਆਈ ਸੀ, ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਰਾਏ ਬੁਲਾਰ ਨੂੰ। ਜੇ ਤੁਸੀਂ ਇੱਥੇ ਨਹੀਂ ਆ ਸਕਦੇ ਹੁੰਦੇ ਤਾਂ ਬਹੁਤ ਸਾਰੇ ਪ੍ਰੇਮੀ ਘਰੇ ਸੁਣਦੇ ਵੀ ਹੋਣੇ ਆ, ਇਹ ਕਿਰਪਾ ਜ਼ਰੂਰ ਕਰ ਦਿਓ ਬਈ, ਇੱਕ ਤਾਂ ਸਿਮਰਨ ਵਾਲੇ ਦਿਨ ਸ਼ਾਮ ਨੂੰ ਇੱਥੇ ਜ਼ਰੂਰ ਆ ਜਾਇਆ ਕਰੋ, ਸ਼ਨਿਚਰਵਾਰ ਸ਼ਾਮ ਨੂੰ, ਕਿਉਂਕਿ ਸੰਗਤ ਵਿੱਚ ਬਹਿ ਕੇ ਸਿਮਰਨ ਕਰਨ ਦਾ ਆਪਣਾ ਹੀ ਮਹਾਤਮ ਤੇ ਫਲ ਹੈ। ਇੱਕ ਕਥਾ ਨਾ ਛੱਡੋ, ਨਾ ਸਵੇਰ ਦੀ ਨਾ ਸ਼ਾਮ ਦੀ, ਦੋਨੋਂ ਨਾ ਛੱਡੋ, ਨਹੀਂ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਤੋਂ ਬਿਨਾਂ ਹੀ ਫਿਰ ਰਹਿ ਜਾਣਾ ਆਪਾਂ ਨੂੰ, ਫਿਰ ਪਤਾ ਹੀ ਨਹੀਂ ਲੱਗਣਾ ਕੀ ਹਿਸਾਬ ਕਿਤਾਬ ਹੈ। ਹੁਣ ਜਦੋਂ ਕਥਾ ਕਰਦੇ ਹਾਂ, ਕਹਿੰਦੇ ਨਾਮ ਰੂਪ ਜਲ ਤੋਂ ਬਿਨਾਂ ਸ਼ੁਭ ਗੁਣਾਂ ਰੂਪ ਖੇਤੀ ਕੁਮਲਾ ਜਾਂਦੀ, ਆਪਣੇ ਅੰਦਰ ਸ਼ੁਭ ਗੁਣ ਵੀ ਨੇ, ਪਰ ਸ਼ੁਭ ਗੁਣਾਂ ਦੀ ਖੇਤੀ ਜਿਹੜੀ ਆ ਉਹ ਨਾਮ ਦੇ ਨਾਲ ਪਰਪੱਕ ਹੁੰਦੀ, ਨਾਮ ਨਾਲ ਕਿਰਪਾ ਹੁੰਦੀ। ਜੇ ਕੋਈ ਕਹੇ ਕਿਵੇਂ ਹੁੰਦੀ ਆ, ਹੁਣ ਮੈਂ ਕਿਵੇਂ ਦਿਖਾ ਦਿਆਂ ਵੀ ਕਿਵੇਂ ਹੁੰਦੀ? ਮੈਂ ਤਾਂ ਇਹ ਕਹਿ ਸਕਦਾ ਕਿ 6 ਮਹੀਨੇ ਲਗਾਤਾਰ 2 ਘੰਟੇ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਤੜਕੇ ਉੱਠ ਕੇ, ਤੈਨੂੰ ਆਪੇ ਦਿਖ ਜੂ ਖੇਤੀ, ਮੈਂ ਕਿਵੇਂ ਦਿਖਾ ਦਿਆਂ? ਹੁਣ ਇਹ ਕੋਈ ਸਸਤਾ ਸੌਦਾ ਥੋੜ੍ਹੀ ਹੈ। ਜਿਹੜੀ 6 ਮਹੀਨੇ ਦੀ ਕਮਾਈ ਆ ਉਹ ਜਾਂ ਤਾਂ ਮੇਰੀ ਆਪ, ਮੈਂ 6 ਮਹੀਨੇ ਦੀ ਕਮਾਈ ਕਿਸੇ ਨੂੰ ਦੇਵਾਂ ਫਿਰ ਦਿਖਾਵਾਂ, ਅਗਲਾ ਕਹਿ ਹਾਂ ਜੀ ਗੱਲ ਤਾਂ ਠੀਕ ਹੈ, ਸਾਡੀ ਤਾਂ ਕਮਾਈ ਚਲੀ ਗਈ ਨਾ। ਤੁਸੀਂ ਆਪ ਕਮਾਈ ਕਰੋ, ਆਪ ਕਮਾਈ ਕਰਕੇ, ਨਿਤਨੇਮ ਕਰਕੇ, ਬਾਣੀ ਪੜ੍ਹ ਕੇ, ਆਪਣੇ ਜੀਵਨ ਨੂੰ ਸੁਚੱਜਾ ਬਣਾ ਕੇ, ਖਾਣਾ ਠੀਕ ਕਰਕੇ, ਪਹਿਰਨਾ ਠੀਕ ਕਰਕੇ, ਬੋਲਣਾ ਠੀਕ ਕਰਕੇ, ਫਿਰ ਸਿਮਰਨ ਕਰਕੇ, ਬਾਣੀ ਪੜ੍ਹ ਕੇ, ਆਪਣੇ ਆਪ ਨੂੰ ਅੰਦਰੋਂ ਦੇਖ ਲਓ, ਸਰੂਪ ਦੀ ਪ੍ਰਾਪਤੀ ਰੂਪ ਦਮੜੇ ਉਤਪੰਨ ਨਹੀਂ ਹੁੰਦੇ, ਸਾਡੇ ਅੰਦਰ ਸਾਡਾ ਸਰੂਪ ਹੈ। ਹੁਣ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ, ਜਿਹੜਾ ਬੰਦੇ ਦੇ ਅੰਦਰ ਸਰੂਪ ਹੁੰਦਾ, ਆਪਣਾ ਸਰੂਪ ਹੈ, ਉਹ ਕਿਰਪਾ ਕਰਕੇ ਦਿਖਾ ਦਿਓ ਮੈਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੇਰਾ ਸਰੂਪ ਕਿਹੜਾ ਹੈ, ਤੂੰ ਦੱਸ, ਤੈਨੂੰ ਕੀ ਪਤਾ ਸਰੂਪ ਬਾਰੇ? ਕਹਿੰਦਾ ਮੈਨੂੰ ਤਾਂ ਇੰਨਾ ਪਤਾ, ਮੈਂ ਤੁਰਕਾਂ ਦੇ ਘਰੇ ਜਨਮ ਲਿਆ, ਰਾਏ ਬੁਲਾਰ ਮੇਰਾ ਨਾਂ ਹੈ, ਜਨਮ ਮੈਂ ਲਿਆ ਆਪਣੇ ਘਰਾਂ ਦੇ ਵਿੱਚ, ਅਤੇ ਹੁਣ ਮੈਂ ਬੁੱਢਾ ਹੋ ਗਿਆ, ਜਵਾਨੀਆਂ ਵੀ ਲੰਘ ਗਈਆਂ, ਹੁਣ ਮੈਂ ਮਰ ਜਾਣਾ, ਮੈਨੂੰ ਤਾਂ ਇੰਨਾ ਕੁ ਪਤਾ ਮੈਂ ਰਾਏ ਬੁਲਾਰ ਮੇਰਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਏ ਬੁਲਾਰ ਤੇਰੇ ਸਰੀਰ ਦਾ ਨਾਂ ਹੈ, ਪਰ ਤੂੰ ਕੌਣ ਹੈ ਤੈਨੂੰ ਪਤਾ? ਇਹ ਕਹਿੰਦਾ ਮਹਾਰਾਜ ਇਹ ਨਹੀਂ ਮੈਨੂੰ ਪਤਾ। ਫਿਰ ਮਹਾਰਾਜ ਨੂੰ ਕਹਿੰਦਾ ਇੰਦਰੀਆਂ ਤਾਂ ਨਹੀਂ ਹੁੰਦੀਆਂ ਕਿਤੇ ਆਤਮਾ,
ਜਿਹੜੀਆਂ ਆਪਣੇ ਹੱਥ ਪੈਰ ਨੱਕ ਅੱਖ ਕੰਨ, ਇਹ ਤਾਂ ਨਹੀਂ ਹੁੰਦੀ ਆਤਮਾ? ਮਹਾਰਾਜ ਕਹਿੰਦੇ ਨਹੀਂ, ਇਹ ਆਤਮਾ ਨਹੀਂ ਹੈ। ਮਹਾਰਾਜ ਫਿਰ ਆਤਮਾ ਕਿਹਨੂੰ ਪ੍ਰਾਣਾਂ ਨੂੰ ਕਹਿੰਦੇ ਨੇ? ਕਹਿੰਦੇ ਨਹੀਂ। ਫਿਰ ਮਹਾਰਾਜ ਆਤਮਾ ਕਿਹਨੂੰ ਕਹਿੰਦੇ? ਮਨ ਨੂੰ ਕਹਿੰਦੇ ਹੋਣੇ? ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਫਿਰ ਆਤਮਾ ਬੁੱਧੀ ਨੂੰ ਕਹਿੰਦੇ ਹੋਣੇ? ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਫਿਰ ਆਤਮਾ ਕੀ ਚੀਜ਼ ਹੋਈ? ਕਹਿੰਦੇ ਇਹਨਾਂ ਸਾਰਿਆਂ ਤੋਂ ਉੱਪਰ ਜਿਹੜੀ ਲਾਈਟ ਹੈ ਉਹ ਜਿਹੜੀ ਇਹਨਾਂ ਨੂੰ ਚਲਾਉਂਦੀ ਹੈ, ਬੁੱਧੀ ਨੂੰ ਚਲਾਉਂਦੀ ਆਤਮਾ, ਆਤਮਾ ਅੱਗੇ ਚਲਾਉਂਦੀ ਮਨ ਨੂੰ, ਮਨ ਅੱਗੇ ਚਲਾਉਂਦਾ ਪ੍ਰਾਣਾਂ ਨੂੰ, ਪ੍ਰਾਣ ਚਲਾਉਂਦੇ ਨੇ ਅੱਗੇ ਸਰੀਰ ਨੂੰ, ਸਰੀਰ ਚਲਾਉਂਦਾ ਅੱਗੇ ਇੰਦਰੀਆਂ ਨੂੰ, ਇੰਦਰੀਆਂ ਚਲਾਉਂਦੀਆਂ ਸਰੀਰ ਨੂੰ। ਮਹਾਰਾਜ ਫਿਰ ਆਤਮਾ ਨੂੰ ਮੈਂ ਕਿਵੇਂ ਦੇਖਾਂ? ਸਤਿਗੁਰੂ ਕਹਿੰਦੇ ਪਹਿਲਾਂ ਸਰੀਰ ਤੋਂ ਛੱਡ ਕੇ ਸਾਰੇ ਸੁੱਖ ਸਵਾਦ ਇੰਦਰੀਆਂ ਨੂੰ ਛੱਡ ਕੇ ਆਪਣੇ ਪ੍ਰਾਣਾਂ ਦੇ ਵਿੱਚ ਆ ਕੇ, ਫਿਰ ਮਨ ਦੇ ਵਿੱਚ ਬੈਕ ਆ ਕੇ, ਫਿਰ ਬੁੱਧੀ 'ਚ ਆ ਕੇ, ਫਿਰ ਉੱਥੋਂ ਬੁੱਧੀ 'ਚੋਂ ਖੜ ਕੇ ਦੇਖਦਾ ਪਰਮਾਤਮਾ ਆਤਮਾ ਇੱਕੋ ਹੀ ਚੀਜ਼, ਉੱਥੇ ਜਾ ਕੇ ਗਿਆਨ ਹੁੰਦਾ ਇਨਸਾਨ ਨੂੰ। ਫਿਰ ਮਹਾਰਾਜ ਨੇ ਰਾਏ ਬਲਾਰ ਨੂੰ ਸਰੂਪ ਦਾ ਗਿਆਨ ਦੱਸਿਆ ਸੀ ਕਿ ਤੂੰ ਆਤਮਾ ਹੈ। ਕਹਿੰਦੇ ਮਹਾਰਾਜ ਉਹ ਆਤਮਾ ਫਿਰ ਦੇਖਦੀ ਕਿਵੇਂ ਹੈ, ਕੀ ਅਨੁਭਵ ਕਰੀਏ, ਕੀ ਚੀਜ਼ ਹੁੰਦੀ ਹੈ? ਮਹਾਰਾਜ ਕਹਿੰਦੇ ਜਦੋਂ ਜਾਗਦਿਆਂ ਹੋਇਆਂ ਇਹਨਾਂ ਅੱਖਾਂ ਨਾਲ ਦੇਖਦੇ ਹੋ ਸੰਸਾਰ ਦੇਖਦਾ? ਕਹਿੰਦੇ ਹਾਂ ਜੀ, ਖੁੱਲ੍ਹਦੀਆਂ ਅੱਖਾਂ ਨਾਲ ਹੀ ਦੇਖਦਾ। ਕਹਿੰਦੇ ਹਾਂ ਜੀ, ਜੇ ਅੱਖਾਂ ਬੰਦ ਕਰ ਲਈਏ ਤਾਂ ਫਿਰ? ਕਹਿੰਦੇ ਫਿਰ ਦੁਨੀਆਂ ਨਹੀਂ ਦਿਖਦੀ। ਮਹਾਰਾਜ ਕਹਿੰਦੇ ਖੁੱਲ੍ਹਦੀਆਂ ਅੱਖਾਂ ਨਾਲ ਹੀ ਦਿਖਦੀ ਆ ਨਾ? ਕਹਿੰਦੇ ਹਾਂ ਜੀ। ਕਹਿੰਦੇ ਜਦੋਂ ਆਪਾਂ ਸੌਂ ਜਾਂਦੇ ਹਾਂ ਤਾਂ ਫਿਰ ਆਪਾਂ ਉੱਠ ਕੇ ਕਹਿੰਦੇ ਮੈਂ ਸੁਪਨਾ ਦੇਖਿਆ, ਨਾਲੇ ਤਾਂ ਤੇਰੀਆਂ ਅੱਖਾਂ ਬੰਦ ਸੀ, ਨਾਲੇ ਤੂੰ ਸੁਪਨਾ ਦੇਖਿਆ, ਇਹ ਕਿਹੜੀਆਂ ਅੱਖਾਂ ਨੇ ਸੁਪਨਾ ਦੇਖਿਆ ਫਿਰ? ਕਹਿੰਦੇ ਹਾਂ ਮਹਾਰਾਜ, ਅੱਖਾਂ ਤਾਂ ਬੰਦ ਹੁੰਦੀਆਂ ਪਰ ਦੇਖਦੇ ਆਪਾਂ ਫਿਰ ਵੀ ਸੰਸਾਰ ਨੂੰ ਹੈ। ਉਸ ਵਕਤ ਕਹਿਣ ਲੱਗੇ, ਫਿਰ ਚਲੋ ਇਹ ਮੰਨ ਲਈ ਗੱਲ ਕਿ ਸੁਪਨਾ ਦੇਖਿਆ ਇੱਕ ਚੀਜ਼ ਨੇ। ਕਹਿੰਦੇ ਇੱਕ ਵਾਰੀ ਉੱਠ ਕੇ ਬੰਦਾ ਇਹ ਵੀ ਕਹਿੰਦਾ, ਅੱਜ ਇੰਨੀ ਘੂਕ ਨੀਂਦ ਸੁੱਤਾ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ। ਇਹਦਾ ਮਤਲਬ ਤੂੰ ਜਾਗਦਾ ਸੀ ਉੱਥੇ ਜਾ ਕੇ ਵੀ, ਘੂਕ ਨੀਂਦ ਵਿੱਚ ਵੀ ਜਿਹੜੀ ਚੀਜ਼ ਨੇ ਇਹ ਦੱਸਿਆ, ਉਹ ਜਾਗਰਤ ਚੀਜ਼ ਕਿਹੜੀ ਅੰਦਰ ਜਿਹੜੀ ਕਹਿੰਦੀ ਸੁਪਨਾ ਵੀ ਨਹੀਂ ਆਇਆ, ਅੱਜ ਮੈਂ ਸੁਪਨਾ ਦੇਖਿਆ ਤੇ ਜਾਗਦਿਆਂ ਹੋਇਆ ਮੈਂ ਦੇਖ ਰਿਹਾ। ਤਿੰਨ ਚੀਜ਼ਾਂ ਦੇ ਜਿਹੜਾ ਮਾਲਕ ਹੈ ਨਾ, ਤਿੰਨਾਂ ਦਾ, ਜਾਗਰਤ ਸੁਪਨ ਤੇ ਸੁਖੋਪਤ ਅਵਸਥਾ ਦਾ ਮਾਲਕ, ਉਹਦਾ ਨਾਂ ਆਤਮਾ ਹੈ। ਉਹ ਸਾਡੇ ਸਰੀਰ ਦੇ ਅੰਦਰ ਅਸਲ ਸਰੂਪ ਆਪਣਾ ਉਹ ਹੈ। ਇੱਥੇ ਉਹੀ ਚੀਜ਼ ਦੱਸੀ ਹੈ ਤੇ ਸਰੂਪ ਦੀ ਪ੍ਰਾਪਤੀ ਰੂਪ ਦਮੜੇ ਉਤਪੰਨ ਨਹੀਂ ਹੁੰਦੇ। ਆਪਾਂ ਆਪਣੇ ਆਪ ਨੂੰ ਜੋ ਸਮਝਦੇ ਹਾਂ ਕਿ ਮੇਰਾ ਆਹ ਸਰੀਰ ਹੈ ਨਾ, ਇਹ ਆਪਾਂ ਨਹੀਂ, ਆਪਣੇ ਅੰਦਰ ਜਿਹੜੀ ਆਤਮਾ ਉਹ ਆਪਣਾ ਅਸਲੀ ਸਰੂਪ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨਿਸ਼ਾਨਾ ਮਨੁੱਖ ਨੂੰ ਉੱਥੇ ਤੱਕ ਲੈ ਕੇ ਜਾਣ ਦਾ। ਹਰ ਨਾਹਾ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ਹਰੀ ਸੱਜਣ ਦੇ ਨਾਮ ਮਿਲਣ ਕਰਕੇ ਜੀਵ ਜਿਹੜਾ ਨਾ ਕਿਸ ਤਰ੍ਹਾਂ ਵਿਸਰਾਮ ਪ੍ਰਾਪਤ ਕਰ ਸਕਦਾ, ਟਿਕਾਓ ਪ੍ਰਾਪਤ ਕਰ ਸਕਦਾ, ਕਿਉਂਕਿ ਜਦੋਂ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਉਦੋਂ ਤੱਕ ਇਹ ਜੀਵ ਆਤਮਾ ਘੁੰਮਦੀ ਰਹਿੰਦੀ ਥਾਂ ਥਾਂ ਤੇ। ਨਾਲੇ ਕਹਿੰਦੇ ਆਤਮਾ ਪਰਮਾਤਮਾ ਦਾ ਸਰੂਪ ਹੈ, ਫਿਰ ਘੁੰਮਦੀ ਕਿਵੇਂ ਹੈ? ਕਹਿੰਦੇ ਹਉਮੈ ਕਰਕੇ। ਜਦੋਂ ਤੱਕ ਇਹ ਜੀਵ ਦੇ ਅੰਦਰ ਹਉਮੈ ਆ ਉਦੋਂ ਤੱਕ ਇਹਦਾ ਨਾਂ ਜੀਵ ਆਤਮਾ ਹੈ। ਜਦੋਂ ਗੁਰੂ ਕੀ ਬਾਣੀ ਪੜ੍ਹ ਕੇ ਸਿਮਰਨ ਕਰਕੇ ਇਕਾਗਰਤਾ ਨਾਲ ਹਉਮੈ ਦਾ ਤਿਆਗ ਕਰਤਾ, ਹਉਮੈ ਇੱਕ ਪਾਸੇ ਕਰਤੀ ਤਾਂ ਇਕੱਲੀ ਆਤਮਾ ਰਹਿ ਜਾਂਦੀ ਉੱਥੇ, ਉਹ ਜੀਵ ਪੁਣਾ ਮੁੱਕ ਜਾਂਦਾ। ਉਹ ਜਿਹੜੀ ਅੰਦਰੋਂ ਹਰ ਵਕਤ ਇੱਕ ਆਵਾਜ਼ ਆਉਂਦੀ ਆਪਣੇ ਮਨ ਬੁੱਧ ਚਿੱਤ ਹੰਕਾਰ ਕਰਕੇ, ਅੰਦਰ ਆਪਣੇ ਇੱਕ ਅੰਤਹਿਕਰਨ ਹੈ, ਉੱਥੇ ਇੱਕ ਚੀਜ਼ ਦਾ ਨਾਂ ਹੀ ਚਾਰ ਚੀਜ਼ਾਂ ਨੇ ਮਨ। ਮਨ ਜਦੋਂ ਸੰਕਲਪ ਵਿਕਲਪ ਕਰਦੇ ਹਾਂ ਆਪਾਂ, ਉਦੋਂ ਆਪਣਾ ਨਾਂ ਮਨ ਹੁੰਦਾ, ਆਪਣੇ ਅੰਦਰ ਉਹ ਮਨ ਹੈ। ਜਦੋਂ ਆਪਾਂ ਝੂਠੇ ਪਦਾਰਥਾਂ ਨੂੰ ਨਿਸ਼ਚਾ ਕਰਦੇ ਹਾਂ ਇਹ ਬਿਲਕੁਲ ਸਾਹਮਣੇ ਨਜ਼ਰ ਆਉਣ ਵਾਲੀਆਂ ਚੀਜ਼ਾਂ ਸੱਚੀਆਂ ਨੇ, ਹਨ ਇਹ ਨਾਸਵੰਤ, ਉਹਨੂੰ ਬੁੱਧੀ ਕਹਿੰਦੇ ਆਪਾਂ। ਜਦੋਂ ਆਪਾਂ ਚਿੱਤ ਵਿੱਚ ਚਿਤਵਣੀ ਕਰਦੇ ਹਾਂ ਉਸੇ ਦਾ ਨਾਂ ਚਿੱਤ ਹੈ। ਜਦੋਂ ਆਪਾਂ ਹੰਕਾਰ ਕਰਦੇ ਹਾਂ, ਮੈਂ ਵੀ ਕੋਈ ਚੀਜ਼ ਹਾਂ, ਮੈਂ ਕਿਤੇ ਐਵੇਂ ਤਾਂ ਨਹੀਂ, ਮੈਨੂੰ ਸਾਰਾ ਪਤਾ, ਜੇ ਮੈਂ ਨਾ ਹੁੰਦਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹ ਜਿਹੜੀ ਹੋਂ ਹੈ ਉਹਦਾ ਨਾਂ ਹੰਕਾਰ ਹੈ। ਇਹ ਸਾਰੇ ਇਹ ਮਨੁੱਖ 'ਚ ਸਾਰਿਆਂ ਨਾਲ ਵੱਧ ਪਾਈ ਹੋਈ ਹੈ। ਹਉਮੈ ਰੋਗ ਮਾਨਵ ਕੋ ਦੀਨਾ, ਹਉਮੈ ਦੀ ਆਪਾਂ ਨੂੰ ਹਉਮੈ ਦਾ ਰੋਗ ਹੀ ਲੱਗਿਆ ਹੋਇਆ ਵੱਡਾ, ਮਹਾਰਾਜ ਕਹਿੰਦੇ ਨੇ, ਤੇ ਹਉਮੈ ਦੇ ਰੋਗ ਕਰਕੇ ਹੀ ਅੱਗੇ ਸਾਰੇ ਰੋਗ ਜਨਮ ਲੈਂਦੇ ਨੇ ਵਾਰ ਵਾਰ। ਜਦੋਂ ਤੱਕ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਆਪਾਂ ਆਪਣੀ ਇਹ ਜੀਵ ਆਤਮਾ ਨੂੰ ਸਮਝ ਹੀ ਨਹੀਂ ਸਕਦੇ। ਪਾਣੀ ਦਾ ਇੱਕ ਭਰਿਆ ਹੋਇਆ ਗਲਾਸ, ਪਾਣੀ ਦੀ ਬਾਲਟੀ, ਪਾਣੀ ਦੀ ਟੈਂਕੀ ਆਪਣੇ ਆਪ ਨੂੰ ਸਮਝਦੀ ਹੈ ਕਿ ਮੈਂ ਦੁਨੀਆਂ 'ਚ ਸਭ ਤੋਂ ਵੱਡੀ।
ਪਰ ਜਦੋਂ ਉਹਨੂੰ ਸਮੁੰਦਰ ਦੇ ਕੋਲ ਲੈ ਕੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਤਾਂ ਕੁਛ ਵੀ ਨਹੀਂ, ਮੈਂ ਤਾਂ ਸਮੁੰਦਰ ਤਾਂ ਬਹੁਤ ਵੱਡਾ ਹੁੰਦਾ। ਇਸ ਤਰ੍ਹਾਂ ਹੀ ਜਦੋਂ ਅਸੀਂ ਆਪਣੀ ਹੋਂ ਨੂੰ ਪਰਮਾਤਮਾ ਦੇ ਕੋਲ ਲੈ ਕੇ ਜਾਵਾਂਗੇ, ਜਦੋਂ ਅਸੀਂ ਪਰਮਾਤਮਾ ਨੂੰ ਦੇਖਿਆ ਸਰਵ ਵਿਆਪਕ ਤਾਂ ਅਸੀਂ ਤਾਂ ਕੁਛ ਵੀ ਨਹੀਂ ਹਾਂ, ਅਸੀਂ ਤਾਂ ਬਹੁਤ ਛੋਟੇ ਹਾਂ, ਫਿਰ ਆਪਾਂ ਆਪਣੇ ਅੰਦਰੋਂ ਆਪਣੇ ਹੋਂ ਨੂੰ ਖਤਮ ਕਰਕੇ ਉਸ ਪਰਮਾਤਮਾ ਦੇ ਅੰਦਰ ਹੀ ਲੀਨ ਹੋ ਜਾਂਦੇ ਹਾਂ ਅਤੇ ਫਿਰ ਆਪਾਂ ਵੀ ਪਰਮਾਤਮਾ ਰੂਪ ਹੋ ਜਾਂਦੇ ਹਾਂ। ਜਿਤ ਘਰ ਹਰ ਕੰਤਨਾ ਪ੍ਰਗਟਈ ਪੱਠ ਨਗਰ ਸੇ ਗ੍ਰਾਮ। ਜਿਸ ਪ੍ਰਤੱਖ ਘਰ ਵਿੱਚ ਹਰੀਪਤੀ ਪ੍ਰਗਟ ਨਹੀਂ ਹੁੰਦੇ, ਪਰਮਾਤਮਾ ਸਾਖਿਆਤ ਨਹੀਂ ਹੁੰਦੇ, ਉਹ ਨਗਰ ਅਤੇ ਪਿੰਡ ਪੱਠ ਵਰਗੇ ਨੇ। ਉਹ ਨਗਰ ਵੱਡੇ, ਗ੍ਰਾਮ ਛੋਟੇ, ਪੱਠ ਵਾਂਗੂ ਤਪਦੇ ਸਰੀਰ ਜਿਨ੍ਹਾਂ ਦੇ ਵਿੱਚ ਵਾਹਿਗੁਰੂ ਪ੍ਰਗਟ ਨਹੀਂ ਹੁੰਦੇ, ਕਿਉਂਕਿ ਮਾਇਆ ਦੀ ਤਾਂ ਅਗਨੀ ਹੈ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ। ਇਹ ਦੁਨੀਆ ਵੀ ਮਹਾਰਾਜ ਕਹਿੰਦੇ ਨੇ ਭੱਠਾ ਹੈ, ਭੱਠਾ ਅੱਗ ਦਾ, ਜਿਵੇਂ ਇੱਟਾਂ ਪਕਾਈਆਂ ਜਾਂਦੀਆਂ ਭੱਠੇ 'ਚ, ਇਸੇ ਤਰ੍ਹਾਂ ਸਰੀਰ ਦੇ ਅੰਦਰ ਵੀ ਵਿਕਾਰਾਂ ਦੀ ਅੱਗ, ਈਰਖਾ ਦੀ ਅੱਗ, ਦਵੈਸ਼ ਦੀ ਅੱਗ, ਅੱਗ ਹੀ ਅੱਗ ਬਲਦੀ। ਜਦੋਂ ਤੱਕ ਪਰਮਾਤਮਾ ਦੀ ਸਾਖਿਆਤਤਾ ਨਹੀਂ ਹੁੰਦੀ ਉਦੋਂ ਤੱਕ ਫਿਰ ਆਪਣੇ ਅੰਦਰ ਸ਼ਾਂਤੀ ਪੈਦਾ ਨਹੀਂ ਹੁੰਦੀ। ਆਹ ਦੁਨੀਆ ਦੇ ਅੰਦਰ ਜਿੰਨੀ ਲੜਾਈ ਝਗੜੇ ਹੁੰਦੇ ਆਪਸ ਦੇ ਵਿੱਚ, ਇਹ ਤਾਂਹੀਓ ਹੁੰਦੇ ਨੇ ਕਿਉਂਕਿ ਅੰਦਰ ਹੋਂ ਹੈ। ਹੋਂ ਕਰਕੇ ਹੀ ਸਰੀਰਾਂ ਦੇ ਅੰਦਰ ਸ਼ਾਂਤੀ ਨਹੀਂ ਹੈ, ਵਿਸ਼ਿਆਂ ਵਿਕਾਰਾਂ ਕਰਕੇ ਅਤੇ ਖਾਣ ਪੀਣ ਕਰਕੇ, ਹੋਰ ਸਾਰੀਆਂ ਚੀਜ਼ਾਂ ਕਰਕੇ ਮਨ ਦੇ ਅੰਦਰ ਹਮੇਸ਼ਾ ਇੱਕ ਪ੍ਰਕਾਰ ਦੀ ਅਗਨੀ ਜੀ ਲੱਗੀ ਰਹਿੰਦੀ, ਕ੍ਰੋਧ ਆਈ ਜਾਂਦਾ, ਗੁੱਸਾ ਆਈ ਜਾਂਦਾ, ਲੜਨ ਝਗੜਨ ਨੂੰ ਜੀ ਕਰਦਾ ਬੰਦੇ ਦਾ, ਕਿਉਂਕਿ ਟਿਕਾਓ ਨਹੀਂ ਹੈ ਮਨ ਦੇ ਅੰਦਰ, ਸ਼ਾਂਤੀ ਨਹੀਂ। ਜਿਹੜੇ ਸ਼ਾਂਤਮਈ ਬੰਦੇ ਹੁੰਦੇ ਨੇ ਉਹ ਕਦੇ ਵੀ ਝਗੜਾ ਨਹੀਂ ਚਾਹੁੰਦੇ, ਅਤੇ ਜਿਹੜੇ ਬੰਦੇ ਸੰਸਾਰੀ ਨੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਨਹੀਂ, ਕਦੇ ਬਾਣੀ ਪੜ੍ਹੀ ਸੁਣੀ ਹੋਈ ਨਹੀਂ, ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਗੁੱਸਾ ਹੀ ਆਈ ਜਾਂਦਾ, ਈਰਖਾ ਦਵੈਸ਼ ਹੀ ਭਰੀ ਉਹਨਾਂ ਦੇ ਮਨ ਦੇ ਅੰਦਰ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਜਿਵੇਂ ਪ੍ਰਤੱਖ ਪਤੀ ਤੋਂ ਬਿਨਾਂ ਇਸਤਰੀ ਦੇ ਕਹਿੰਦੇ ਸਾਰੇ ਸ਼ਿੰਗਾਰ ਤੰਬੋਲ ਆਦਿਕ ਜਿਹੜੇ ਨੇ, ਇਹਨਾਂ ਤੋਂ ਬਿਨਾਂ ਸਾਰੇ ਰਸ ਲੈਣੇ, ਸਾਰੇ ਇਹ ਸਣ ਦੇਹੀ, ਦੇਹੀ ਦੇ ਸਮੇਤ ਖਾਮ ਹੁੰਦੀ ਕਚਿਆਈ ਵਾਲੇ ਆ, ਕੱਚੇ ਹੀ ਆ। ਇਸੇ ਤਰ੍ਹਾਂ ਪਰਮੇਸ਼ਰ ਪਤੀ ਤੋਂ ਬਿਨਾਂ ਜਗਿਆਸੂ ਰੂਪ ਇਸਤਰੀ ਦੇ ਸਾਰੇ ਜਾਪ ਤਪ ਕਰਨੇ, ਤੰਬੋਲ ਹੁੰਦਾ ਮਹਾਂਵਾਕ ਬੋਲਣੇ, ਰਸ ਹੁੰਦਾ ਪ੍ਰੇਮ ਦੀਆਂ ਗੱਲਾਂ ਕਰਨੀਆਂ, ਸਾਰੇ ਸਾਧਨ ਕਰਕੇ ਮਨੁੱਖ ਦੇ ਸਹਿਤ ਕੱਚੇ ਭਾਵ ਨਿਸਫਲ ਹੀ ਹੈ, ਕਿਉਂਕਿ ਕੱਚੀਆਂ ਹੀ ਨੇ ਚੀਜ਼ਾਂ ਸਾਰੀਆਂ, ਜਦੋਂ ਤੱਕ ਉਹਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਵਾਹਿਗੁਰੂ ਸਵਾਮੀ ਪਤੀ ਦੇ ਮੇਲੇ ਤੋਂ ਵਿਹੂਣੀਆਂ ਬਿਨਾਂ, ਵਿਹੂਣੀਆਂ ਤੋਂ ਭਾਵ ਹੁੰਦਾ ਬਿਨਾਂ, ਇਹ ਸਾਰੇ ਮਿੱਤਰ ਸੱਜਣ ਜਿਨ੍ਹਾਂ ਨੇ ਕਹਿੰਦੇ ਜਮ ਰੂਪ ਹੋ ਕੇ ਦਿਖਾਈ ਦਿੰਦੇ ਨੇ, ਜਮ ਵਾਂਗੂ ਦੁੱਖ ਦਿੰਦੇ ਨੇ ਸੰਸਾਰ ਦੇ ਅੰਦਰ। ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ। ਮਹਾਰਾਜ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਨੇ, ਕਹਿੰਦੇ ਤੁਸੀਂ ਵੀ ਬੇਨਤੀ ਕਰਿਆ ਕਰੋ ਇਸ ਤਰ੍ਹਾਂ ਕਿ ਮੈਂ ਦਾਸ ਦੀ ਤਾਂ ਇਹੋ ਬੇਨਤੀ ਹੈ, ਕਿਰਪਾ ਕਰਕੇ ਮੈਨੂੰ ਨਾਮਦਾਨ ਬਖਸ਼ੋ ਜੀ, ਨਾਮ ਦੀ ਦਾਤ ਬਖਸ਼ੋ, ਕਿਉਂਕਿ ਨਾਮ ਹੀ ਇੱਕ ਵੱਡੀ ਚੀਜ਼ ਹੈ ਜਿਹੜੀ ਮਨ ਨੂੰ ਸ਼ਾਂਤੀ, ਇਕਾਗਰਤਾ, ਟਿਕਾਓ ਸਭ ਕੁਝ ਦੇ ਸਕਦੀ ਹੈ। ਇਹ ਬਹਿ ਕੇ ਸਮਝਣਾ ਪੈਂਦਾ ਸਾਰਾ ਕੁਝ, ਨਾਮ ਹੈ ਸਾਡੇ ਅੰਦਰ ਆਤਮਾ ਹੈ, ਅਤੇ ਨਾਮ ਦੀ ਪ੍ਰਾਪਤੀ ਹੋ ਜਾਵੇ ਤਾਂ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੀ ਸਾਰਿਆਂ ਹਿਰਦਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਮਨ ਜੀਤਾ, ਇੱਕ ਜਣਾ ਆਪਣਾ ਮਨ ਜਿੱਤ ਲਏ ਤਾਂ ਜੱਗ ਜੀਤ, ਸਾਰੇ ਜੱਗ ਨੂੰ ਹੀ ਜਿੱਤ ਲੈਂਦਾ, ਕਿਉਂਕਿ ਇੱਕ ਦਾ ਮਨ ਟਿਕਿਆ ਸਾਰਿਆਂ ਦੇ ਮਨ ਟਿਕਾ ਸਕਦਾ, ਉਹਦੇ ਅੰਦਰ ਇੰਨੀ ਤਾਕਤ ਪੈਦਾ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਦਾਤ ਮੰਗੋ ਰੋਜ਼, ਤਾਂਹੀਓ ਰੋਜ਼ 12 ਮਹਾਂ ਪੜ੍ਹੀਦਾ। ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਹਰੀ ਪ੍ਰਭੂ ਪਰਮੇਸ਼ਰ ਸਵਾਮੀ ਦੇ ਨਾਲ ਕਿਰਪਾ ਕਰਕੇ ਇਹ ਸਤਿਗੁਰੂ ਜੀ ਸਾਨੂੰ ਮੇਲ ਦਿਓ, ਜਿਸ ਦਾ ਸਰੂਪ ਰੂਪੀ ਧਾਮ ਜਿਹੜਾ ਘਰ ਨਿਹਚਲ ਹੈ ਨਾ, ਨਿਹਚਲ ਧਾਮ ਅਕਾਲ ਪੁਰਖ ਦਾ, ਉਹਦੇ ਨਾਲ ਸਾਨੂੰ ਕਿਰਪਾ ਕਰਕੇ ਸਤਿਗੁਰੂ ਜੀ ਮੇਲ ਦਿਓ। ਇਹ ਵਾਹਿਗੁਰੂ ਆਪਣੇ ਨਾਲ ਸਾਨੂੰ ਮੇਲ ਲਓ, ਅਸੀਂ ਜਨਮ ਜਨਮ ਦੇ ਵਿਛੜੇ ਹੋਏ ਹਾਂ, ਬਹੁਤ ਜਨਮ ਵਿਛੜੇ ਥੇ, ਮਾਧ ਹੋਏ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਸਤਿਗੁਰੂ ਮਹਾਰਾਜ ਨੇ ਇਹ ਪਹਿਲਾਂ ਮੰਗਲ ਕੀਤਾ,